वीडियो देखी देख के बहुत गुस्सा चढ़ रहा वा कि ये की हो रहा वा ते पुलिस अज किथे आ साडी वार हुंदा पुलिस ने जदे साडे ते परचा पाता असी कुछ कीता भी है नहीं सिंपल इंटरव्यू कर रहे सी खड़े बस असी साडे ते तां जदे ही परचा पाता सी ते हुण पुलिस किथे आ जद हिंदुआं नूं ते सिखां नूं आपस विच लड़ाउण दी कोशिश कीती जा रही आ। कल एक प्रोग्राम चल रहा सीगा अपने इन्हां कार्टूनां दा शिवसेना वाले जिहड़े अमृतसर दे विच ते उत्थे कोई ਪਸੀਨ ਕਰਕੇ ਕੋਈ ਲੀਡਰ ਆ ਇਹਨਾਂ ਦਾ ਆਪਣੇ ਸ਼ਿਵ ਸੈਨਾ ਹਿੰਦੂ ਲੀਡਰ ਕਹਿੰਦਾ ਆਪਣੇ ਆਪ ਨੂੰ ਕਹਿੰਦਾ ਪਿਆ ਵਾ ਉਹ ਸਰੇਆਮ ਮਾਈਕ ਦੇ ਉੱਪਰ ਕਹਿ ਰਿਹਾ ਵਾ ਕਿ ਜਿਸ ਬੰਦੇ ਨੇ ਆਪਣੇ ਜਿਸ ਸਾਡੇ ਭਰਾ ਨੇ ਸੁਦੀਸ਼ ਸੂਰੀ ਦਾ ਸੋਧਾ ਲਾਇਆ ਸੀ ਸਨੀ ਸਿੰਘ ਨੂੰ ਸਨੀ ਸਿੰਘ ਵੀਰ ਕਿ ਜਿਹੜਾ ਉਸ ਨੂੰ ਗੋਲੀ ਮਾਰੂਗਾ ਮੈਂ ਆਪਣਾ ਮਕਾਨ ਉਹਨੂੰ ਲਿਖ ਕੇ ਦਊਂਗਾ ਜਿਹੜਾ ਉਹਨੂੰ ਮਾਰੂਗਾ ਸਨੀ ਸਿੰਘ ਨੂੰ। ਪਹਿਲੀ ਗੱਲ ਤਾਂ ਇਹ ਆ ਕਿ ਤੂੰ ਕਹਿੰਦਾ ਮੈਂ ਆਪਣਾ ਮਕਾਨ ਦਊਂਗਾ ਉਹਨੂੰ, ਠੀਕ ਹੈ, ਪਤਾ ਨਹੀਂ ਉਹ ਤੇਰਾ ਮਕਾਨ ਹੈਗਾ ਕਿ ਨਹੀਂ ਹੈਗਾ, ਜਾਂ ਤਾਂ ਤੂੰ ਉਹ ਕਿਰਾਏ ਦੇ ਮਕਾਨ ਤੇ ਰਹਿਣਾ ਹੈ। ਜੇ ਤੁਸੀਂ ਲੋਕਾਂ ਨੂੰ ਭੜਕਾਉਂਦੇ ਹੋ ਤੁਸੀਂ ਆਪ ਹੀ ਕਰ ਲਓ ਕੁਛ, ਜਿਹੜਾ ਕੁਛ ਕਰ ਸਕਦੇ ਹੋ ਜੇ ਤੁਹਾਡੇ ਦਮ ਹੈਗਾ ਤੁਸੀਂ ਆਪ ਹੀ ਕਰ ਲਓ, ਲੋਕਾਂ ਨੂੰ ਕਹਿੰਦੇ ਭੜਕਾਉਂਦੇ ਹੋ, ਮਾਵਾਂ ਦੇ ਪੁੱਤਾਂ ਨੂੰ ਮਰਾਉਣ ਨੂੰ ਫਿਰਦੇ ਹੋ ਤੁਸੀਂ ਹੈ। ਤੁਸੀਂ ਤੂੰ ਕਹਿੰਦਾ ਪਿਆ ਮੈਂ ਕਿ ਹਾਂ ਜੀ ਅਸੀਂ ਉਹਨੂੰ ਆਪਣੇ ਜਿਹੜਾ ਵੀ ਕੋਈ ਆਪਣੇ ਸਨੀ ਸਿੰਘ ਨੂੰ ਗੋਲੀ ਮਾਰੂਗਾ ਜਾਂ ਉਹਨੂੰ ਕੋਈ ਮਾਰੂਗਾ ਤੇ ਮੈਂ ਇਹਨੂੰ ਆਪਣਾ ਮਕਾਨ ਦਊਂਗਾ, ਲਾਈਵ ਹੋ ਕੇ ਕਹਿ ਰਿਹਾ ਵਾ ਮਾਈਕ ਦੇ ਉੱਪਰ, ਸਾਰੀ ਵਿੱਚ ਲੋਕ ਬੈਠੇ ਆ, ਵੀਡੀਓ ਕਾਫੀ ਕੱਲ ਦੀ ਚੱਲ ਰਹੀ ਹੈ ਤੇ ਕੋਈ ਪੁਲਿਸ ਨੇ ਹਜੇ ਤੱਕ ਕਾਰਵਾਈ ਨਹੀਂ ਕੀਤੀ ਉਸ ਬੰਦੇ ਦੇ ਉੱਪਰ, ਕੋਈ ਕਾਰਵਾਈ ਨਹੀਂ ਕੀਤੀ ਉਸ ਬੰਦੇ ਦੇ ਉੱਪਰ ਕੋਈ ਵੀ ਕਾਰਵਾਈ। ਉਹ ਸਰੇਆਮ ਕਹਿ ਰਿਹਾ ਵਾ ਕਹਿੰਦਾ ਮੇਰੇ ਤੇ ਜਿਹੜੀ ਵੀ ਕਾਰਵਾਈ ਕਰਨੀ ਕਰਕੇ ਦਿਖਾਓ। ਉਹ ਸਰੇਆਮ ਲਲਕਾਰ ਰਿਹਾ ਵਾ ਪ੍ਰਸ਼ਾਸਨ ਨੂੰ ਵੀ, ਪੰਜਾਬ ਪੁਲਿਸ ਨੂੰ ਵੀ ਤੇ ਆਪਣੇ ਕਾਨੂੰਨ ਨੂੰ ਵੀ। ਸਾਡੇ ਤੇ ਤਾਂ ਅਸੀਂ ਤਾਂ ਜਦੇ ਮਾੜੀ ਜੀ ਥੋੜੀ ਜਿਹੀ ਇੰਟਰਵਿਊ ਕਰ ਰਹੇ ਸੀ ਖੜੇ ਉੱਥੇ, ਕਿਹੜਾ ਅਸੀਂ ਕੁਛ ਆਪਣੇ ਰੌਲਾ ਪਾਇਆ ਸੀ ਕੋਈ ਕੁਛ ਪਾਇਆ, ਸਾਡੇ ਤਾਂ ਜਦੇ 57 ਲੱਖ ਜੇਲ੍ਹ ਭੇਜਤਾ ਸਾਨੂੰ ਤਾਂ 5 ਦਿਨ ਬਾਅਦ ਸਾਡੀ ਜ਼ਮਾਨਤ ਹੋਈ ਫਿਰ ਮੁੜ ਕੇ। ਹੁਣ ਕਿੱਥੇ ਗਿਆ ਕਾਨੂੰਨ, ਹੁਣ ਕਦ ਨਹੀਂ ਬੋਲਦੇ ਹੈਗੇ ਕਾਨੂੰਨ ਵਾਲੇ, ਹੁਣ ਕਦ ਨਹੀਂ ਗ੍ਰਿਫਤਾਰ ਕਰਦੇ ਉਸ ਬੰਦੇ ਨੂੰ। ਉਹ ਸਰੇਆਮ ਕਹਿ ਰਿਹਾ ਵਾ ਕਹਿੰਦਾ ਜਿਹੜਾ ਵੀ ਆਪਣੇ ਸਨੀ ਸਿੰਘ ਨੂੰ ਮਾਰੂਗਾ ਮੈਂ ਉਹਨੂੰ ਆਪਣਾ ਮਕਾਨ ਦਊਂਗਾ, ਆਪਣਾ ਮਕਾਨ ਉਹਦੇ ਨਾਮ ਤੇ ਲਿਖ ਦੂੰਗਾ। ਉਹ ਤੁਹਾਡੀ ਔਕਾਤ ਹੈਗੀ ਆ? ਪਹਿਲਾਂ ਤਾਂ ਮੈਂ ਨਾ ਸ਼ਿਵ ਸੈਨਾ ਵਾਲੇ ਕਾਰਟੂਨਰਾਂ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਤੁਹਾਡੀ ਔਕਾਤ ਹੈਗੀ ਆ ਕਿਸੇ ਨੂੰ ਕੁਛ ਦੇਣ ਦੀ? ਤੁਸੀਂ ਦੇਣ ਜੋਗੇ ਹੈਗੇ ਕਿਸੇ ਨੂੰ? ਤੁਸੀਂ ਇੱਕ ਚਾਹ ਦਾ ਕੱਪ ਸਕਿਉਰਟੀ ਵਾਲਿਆਂ ਨੂੰ ਨਹੀਂ ਦੇ ਸਕਦੇ? ਸਕਿਉਰਟੀ ਵਾਲਿਆਂ ਨੂੰ ਚਾਹ ਦਾ ਕੱਪ ਨਹੀਂ ਪਿਲਾ ਸਕਦੇ ਆਪਣੇ ਪੱਲਿਓ? ਆਪਣੇ ਪੱਲਿਓਂ ਨਾ ਚਾਹ ਦਾ ਕੱਪ ਨਹੀਂ ਤੁਸੀਂ ਦੇ ਸਕਦੇ? ਗੱਲਾਂ ਕਰਦੇ ਤੁਸੀਂ ਕਿ ਅਸੀਂ ਆਪਣਾ ਮਕਾਨ ਦੇ ਦਾਂਗੇ ਜਿਸ ਬੰਦੇ ਨੂੰ, ਐਂ ਕਰ ਲੈ ਵੀ ਤੁਸੀਂ ਉਹ ਕਰ ਲਓ। ਆਪਣੇ ਆਪ ਨੂੰ ਤੁਸੀਂ ਕਹਿੰਦੇ ਹੋ ਸ਼ੇਰ ਕਹਿੰਦੇ ਹੋ ਤੁਸੀਂ, ਕਹਿੰਦੇ ਸ਼ੇਰ ਹੋ ਤੁਸੀਂ? ਜੇ ਤੁਸੀਂ ਕੁਛ ਕਰ ਹੀ ਨਹੀਂ ਸਕਦੇ ਆਪਣੇ ਨੂੰ ਸ਼ੇਰ ਕਹਿੰਦੇ ਕਹਿੰਦੇ ਹੋ ਤੁਸੀਂ? ਤੁਸੀਂ ਕਹਿੰਦੇ ਹੋ ਅਸੀਂ ਸ਼ੇਰ ਹਾਂ ਜੀ, ਫੇਰ ਤੂੰ ਕਿ ਤੁਸੀਂ ਬਾਰ ਬਾਰ ਇੱਕੋ ਹੀ ਗੱਲ ਕਹਿੰਦੇ, ਕਦੇ ਕਿਸੇ ਦਾ ਤੁਸੀਂ ਕਹਿੰਦੇ ਮੂੰਹ ਕਾਲਾ ਕਰ ਦੋ, ਕਿਸੇ ਦਾ ਕਹਿੰਦੇ ਤੁਸੀਂ ਮਾਰ ਦੋ, ਅਸੀਂ ਆਹ ਦੇ ਦਾਂਗੇ ਉਹ ਦੇ ਦਾਂਗੇ, ਤੁਸੀਂ ਆਪ ਹੀ ਕਰ ਲਓ ਕੁਛ, ਤੁਸੀਂ ਤੋਂ ਕਰ ਨਹੀਂ ਹੁੰਦਾ? ਲੋਕਾਂ ਦੇ ਮੁੰਡਿਆਂ ਨੂੰ ਕਹਿੰਦੇ, ਮਾਮਾ ਦੇ ਪੁੱਤਾਂ ਨੂੰ ਕਹਿੰਦੇ ਮਰਾਉਣ ਨੂੰ ਫਿਰਦੇ ਹੋ ਤੁਸੀਂ? ਜੇ ਤੁਹਾਡੇ 'ਚ ਕੁਛ ਪੈਰਾਂ ਲੱਤਾਂ ਭਾਰੀ ਨਹੀਂ ਚੱਲਦੀਆਂ ਹੈਗੀਆਂ ਬੋਲੋ ਹੀ ਨਾ ਫਿਰ। ਜੇ ਕਰਨ ਜੋਗੇ ਕੁਛ ਨਹੀਂ ਹੈਗਾ ਤੁਸੀਂ ਕਾਰਟੂਨ ਤਾਂ ਆਏ, ਤੁਹਾਨੂੰ ਕਾਰਟੂਨ ਕਹਿੰਦਾ ਹੈ ਹੀ ਕਾਰਟੂਨ ਆ ਤੁਸੀਂ? ਤੁਸੀਂ ਹੈ ਹੀ ਕਾਰਟੂਨ ਆ, ਸਾਰੀ ਉਮਰ ਕਾਰਟੂਨ ਨੇ ਰਹਿਣਾ ਤੁਸੀਂ, ਕਾਰਟੂਨ ਗਿਰੀ ਉਹ ਕਰਨੀ ਆ ਬਸ, ਤੁਸੀਂ ਹੋਰ ਕੁਛ ਨਹੀਂ ਕਰਨਾ, ਕਾਰਟੂਨ ਗਿਰੀ ਕਰਨੀ। ਲੋਕੀ ਥੱਲੇ ਕਮੈਂਟ ਦੇਖੋ ਤੁਹਾਨੂੰ ਕੀ ਲਿਖ ਰਹੇ ਨੇ, ਮੈਂ ਜੇਲ੍ਹ 'ਚੋਂ ਨਿਕਲਦੇ ਸਾਰ ਕਿਹਾ ਸੀ ਉਦੋਂ ਵੀ ਕਿ ਭਾਈ ਸਾਡੇ ਤੇ ਨਜਾਇਜ਼ ਪਰਚਾ ਪਾਇਆ ਵਾ ਇਹਨਾਂ ਨੇ, ਜਿਵੇਂ ਵੀ ਕੀਤਾ ਸਾਡੇ ਤੇ ਨਜਾਇਜ਼ ਹੋਈ ਆ। ਪਰ ਹੁਣ ਕਿੱਥੇ ਗਿਆ ਪ੍ਰਸ਼ਾਸਨ? ਹੁਣ ਕਦੇ ਨਹੀਂ ਬੋਲਦਾ, ਹੁਣ ਪਰਚਾ ਨਹੀਂ ਦਿੰਦਾ ਇਹਦੇ ਤੇ, ਹੁਣ ਕੀ ਗੱਲ ਆ? ਸਹੀ ਹੋ ਗਿਆ ਇਹ? ਸਰੇਆਮ ਕਹਿ ਰਿਹਾ ਵਾ ਮਾਈਕ ਫੜ ਕੇ ਕਿ ਜਿਹੜਾ ਵੀ ਸਨੀ ਸਿੰਘ ਨੂੰ ਗੋਲੀ ਮਾਰੂਗਾ ਜਾਂ ਕੁਛ ਕਰੂਗਾ ਮੈਂ ਉਹਨੂੰ ਆਪਣਾ ਮਕਾਨ ਦਊਂਗਾ। ਤੁਸੀਂ ਸਾਰੇ ਇੰਨੇ ਬੈਠੇ ਹੋ ਉੱਥੇ, 15-20 ਕਾਰਟੂਨ ਬੈਠੇ ਹੋ ਸ਼ਿਵ ਸੈਨਾ ਵਾਲੇ ਕਹਾਉਂਦੇ ਹੋ, ਆਪਣੇ ਆਪ ਨੂੰ ਸ਼ੇਰ ਕਹਾਉਂਦੇ ਹੋ, ਤੁਸੀਂ ਕਿਸੇ ਜੋਗੇ ਵੀ ਨਹੀਂ ਹੈਗੇ, ਕੁਛ ਕਰਨ ਜੋਗੇ ਹੈ ਹੀ ਨਹੀਂ ਗੇ। ਬਸ ਸਿਰਫ ਮਾਈਕ ਲੈ ਕੇ ਅਸੀਂ ਮਕਾਨ ਲਿਖ ਦਾਂਗੇ, ਸ਼ਾਇਦ ਤੇਰਾ ਮਕਾਨ ਵੀ ਕਿਰਾਏ ਤੇ ਹੋਵੇ, ਰਹਿੰਦਾ ਵੀ ਤੂੰ ਕਿਰਾਏ ਦੇ ਮਕਾਨ ਤੇ ਹੋਵੇ, ਆਹ ਔਕਾਤ ਆ ਤੁਹਾਡੀ। ਤੁਸੀਂ ਆਪ ਹੀ ਕਰ ਲਓ ਕੁਛ, ਕੁਛ ਕਰਨ ਜੋਗੇ ਹੈਗੇ? ਜਾਂ ਮੰਨ ਲਓ ਕਿ ਤੁਹਾਡਾ ਖੂਨ ਦੀ ਜਗ੍ਹਾ ਪਾਣੀ ਬਣ ਗਿਆ, ਇਹ ਜਿੰਨੇ ਵੀ ਹੈਗੇ ਇਹ ਕਾਰਟੂਨ ਸ਼ਿਵ ਸੈਨਾ ਵਾਲੇ, ਤਕਰੀਬਨ 30% ਆ ਜਿਹੜੇ, 30% ਜਿਹੜਾ ਚੰਗਾ ਕੰਮ ਕਰ ਰਹੇ ਨੇ ਸ਼ਿਵ ਸੈਨਾ ਵਾਲੇ, ਚੰਗਾ ਕੰਮ ਉਹ ਮੈਨੂੰ ਵੀ ਪਤਾ ਕਿਹੜੇ ਨੇ ਉਹ, ਮੇਰੇ ਨਾਲ ਵੀ ਗੱਲਬਾਤ ਕਰਦੇ ਨੇ ਉਹ ਸਾਡੇ ਨਾਲ ਵੀ ਖੜੇ ਨੇ ਉਹ ਕਹਿੰਦੇ ਜਿਹੜੇ ਸ਼ਿਵ ਸੈਨਾ ਸਹੀ ਨੇ ਨਾ, ਉਹ ਸਾਨੂੰ ਕਹਿੰਦੇ ਜਿੱਥੇ ਮਰਜ਼ੀ ਬੁਲਾਓ ਵੀਰ ਅਸੀਂ ਤੁਹਾਡੇ ਨਾਲ ਤੁਰਨ ਨੂੰ ਤਿਆਰ ਆ, ਜਿਹੜੇ ਮਰਜ਼ੀ ਮੁੱਦੇ ਤੇ ਬੁਲਾਓ ਸਾਡਾ ਤੁਰਨ ਨੂੰ ਤਿਆਰ ਆ, ਰੋਜ਼ ਗੱਲ ਕਰਦੇ ਮੇਰੇ ਨਾਲ ਉਹ ਸਹੀ ਸ਼ਿਵ ਸੈਨਾ ਵਾਲੇ, ਤੁਹਾਡੇ ਵਰਗੇ ਬਣਾ ਕੇ ਸ਼ਿਵ ਸੈਨਾ ਦਾ ਨਾਮ ਰੱਖ ਕੇ ਸਕਿਉਰਟੀਆਂ ਲੈ ਲਓ, ਸਕਿਉਰਟੀ ਵਾਲੇ ਨੂੰ ਲੰਗਰ ਦਿੱਤਾ ਨਹੀਂ ਜਾਂਦਾ, ਮੁੜ ਕੇ ਉਹਨੇ ਗੁਰਦੁਆਰੇ ਭੇਜ ਦੇਣੇ ਇਕੱਠਾ ਕਰ ਨੂੰ ਲੰਗਰ, ਚਾਹ ਤੱਕ ਤਾਂ ਤੁਸੀਂ ਪਲਾ ਨਹੀਂ ਸਕਦੇ ਸਕਿਉਰਟੀ ਵਾਲਿਆਂ ਨੂੰ। ਤੁਸੀਂ ਗੱਲਾਂ ਕਰਦੇ ਅਸੀਂ ਮਕਾਨ ਦੇ ਦਾਂਗੇ, ਆਪਣਾ ਉਹ ਦੇ ਦਾਂਗੇ ਉਹ ਦੇ ਦਾਂਗੇ, ਫੇਰ ਜੇ ਤੁਹਾਡੇ 'ਚ ਆਪਣੀ ਲੱਤਾਂ ਭਾਰ ਨਹੀਂ ਚੱਲਦੀ ਬੋਲੋ ਹੀ ਨਾ, ਜਾਂ ਤਾਂ ਆਪ ਕੁਛ ਕਰੋ, ਲੋਕਾਂ ਨੂੰ ਨਾ ਕਹੋ ਕਿ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ, ਸਿਰਫ ਤੁਸੀਂ ਸਾਨੂੰ ਸਕਿਉਰਟੀਆਂ ਲੈਣ ਜੋਗੇ ਹੀ ਹੋ। ਕਦੇ 5 ਬੰਦੇ ਦੇ ਦੋ, 10 ਬੰਦੇ ਦੇ ਦੋ ਸਕਿਉਰਟੀਆਂ ਲੈ ਕੇ ਲੋਕਾਂ ਨੂੰ ਡਰਾਉਣ ਜੋਗੇ, ਕਿਸੇ ਦਾ ਖੋਖਾ ਦੱਬ ਲਿਆ, ਕਿਸੇ ਦਾ ਮਕਾਨ ਦੱਬ ਲਿਆ, ਕਿਸੇ ਦਾ ਕਿਤੇ ਕਬਜ਼ਾ ਕਰ ਲਿਆ, ਬਸ ਲੋਕਾਂ ਨੂੰ ਡਰਾਉਣ ਜੋਗੇ ਹੀ ਹੋ ਤੁਸੀਂ। ਮੈਂ ਤਾਂ ਲੋਕਾਂ ਨੂੰ ਵੀ ਕਹਿੰਦਾ ਇਹਨਾਂ ਡਰੋ ਨਾ, ਇਹ ਕਾਰਟੂਨ ਨੇ, ਕਾਰਟੂਨਾਂ ਦੇ ਤੁਹਾਨੂੰ ਪਤਾ ਹੀ ਲੋਕੀ ਕਾਰਟੂਨ ਹੁੰਦੇ ਕੀ ਨੇ, ਹਸਾਉਣ ਨੂੰ ਹੁੰਦੇ ਨੇ, ਡਰਾਉਣ ਨੂੰ ਥੋੜਾ ਹੁੰਦੇ ਨੇ।
कार्टून वालू हसो हसो कोल खड़ के क्या आके कार्टून हसो इन्हों देख के क्योंकि मैं वीडियो देख के कल मैं इन्ना गुस्सा चढ़िया मैं दस की कह रहा वा कि कहना जेड़ा भी सनी सिंह कोई गोली मारूगा जन मारूगा ते असी ओनू मैं अपना मकान लिख के दूंगा अपना नाम च लै बल्ले तेरे रहिंदा तू खैर उत्थे अपने किराए दे मकान ते रहिंदा अपनी हालत देखो तुसी ओ थोड़ी हालत तां ओ धोबी दे कुत्ते वाली ना घर दे ना घाट दे थोड़े हालात होए होए ना कार्टूना दे अज सवेरे थोड़ा कोई पप्पे पटाले तो भी लीडर हैगा ओ भी रोन लग्या होया सिक्योरिटी पिछे जी मेरी सिक्योरिटी मेरी मानदी नहीं मेरी मानदी नहीं छड्ड दो फिर छड्ड दो लिख के दे दो ਤੁਸੀਂ ਆਪਣੇ ਜੇ ਥੋੜੀਆਂ ਲੱਤਾਂ ਭਾਰ ਨਹੀਂ ਚੱਲਦੇ ਕੰਮੇ ਨਾ ਕਰੋ ਇਹ ਪੁੱਠੇ ਸਿੱਧੇ ਹੁਣ ਮੈਂ ਆ ਮੈਂ ਕੱਲਾ ਜਾਣਾ ਜਿੱਥੇ ਵੀ ਜਾਣਾ ਮੈਂ ਤਾਂ ਰੱਖੇ ਨਹੀਂ ਸਿਕਿਉਰਟੀ ਜਦ ਤੁਸੀਂ ਕੰਮ ਕਰਨਾ ਬਸ ਤੁਸੀਂ ਕਹਿੰਦੇ ਸੇਵਾ ਕਰਨੀ ਅਸੀਂ ਅਸੀਂ ਸ਼ੇਰ ਹਾਂ ਸ਼ੇਰ ਨੂੰ ਸਿਕਿਉਰਟੀ ਦੀ ਲੋੜ ਹੁੰਦੀ ਹੈ ਉਹ ਤੁਸੀਂ ਤਾਂ ਸ਼ੇਰ ਨੂੰ ਵੀ ਬਦਨਾਮ ਕਰਕੇ ਰੱਖਤਾ ਤੁਹਾਡੇ ਵਰਗਿਆਂ ਨੇ ਸ਼ੇਰ ਦਾ ਸ਼ਬਦ ਆ ਨਾ ਸ਼ੇਰ ਸ਼ਬਦ ਵੀ ਉਹ ਬਦਨਾਮ ਕਰਕੇ ਰੱਖਤਾ ਤੁਸੀਂ ਤਾਂ ਸ਼ੇਰ ਨੂੰ ਵੀ ਕੁੱਤੇ ਦੀ ਜਗ੍ਹਾ ਲਿਆ ਕੇ ਰੱਖਦੇ ਹੋਵੋਗੇ ਤੁਸੀਂ ਕਿਸੇ ਦਿਨ ਲੋਕੀ ਵੀ ਦੇਖ ਕੇ ਕਿਹਾ ਕਰਨਗੇ ਯਾਰ ਇਹ ਸ਼ੇਰ ਨੇ ਤਾਂ ਫਿਰ ਤਾਂ ਸ਼ੇਰ ਨਾਲ ਕੁੱਤਾ ਚੰਗਾ ਵਾ ਘੱਟੋ ਘੱਟ ਵਫਾਦਾਰ ਤਾਂ ਹੁੰਦਾ ਵਾ ਵਫਾਦਾਰ ਤਾਂ ਹੁੰਦਾ ਨਾ ਕੁੱਤਾ ਘੱਟੋ ਘੱਟ ਤੁਸੀਂ ਤਾਂ ਕਿਸੇ ਜੋਗੇ ਵੀ ਹੈ ਨਹੀਂ ਗੇ ਲੋਕਾਂ ਨੂੰ ਬਾਅਦ ਲੜਾਈ ਚੱਲੋ ਕਿ ਅਸੀਂ ਮਕਾਨ ਦੇ ਦਾਂਗੇ ਜੀ ਅਸੀਂ ਇੰਨੇ ਪੈਸੇ ਦੇ ਦਾਂਗੇ ਜੀ ਆਹ ਮਾਰ ਦੂਗਾ ਉਹ ਮਾਰ ਦੂ ਤੁਸੀਂ ਉਹ ਮਾਰ ਲਓ ਆਪੇ ਕਰ ਲਓ ਜੋ ਕੁਛ ਕਰ ਹੁੰਦਾ ਤੁਹਾਨੂੰ ਪਤਾ ਨਹੀਂ ਹੈਗਾ ਕੀ ਕਰਨਾ ਹੁੰਦਾ ਕਿ ਲੱਤਾਂ ਭਾਰ ਨਹੀਂ ਚੱਲਦੀਆਂ ਹੈਗੀਆਂ ਲੱਤਾਂ ਨਹੀਂ ਭਾਰ ਚੱਲਦੀ ਬੋਲੋ ਹੀ ਨਾ ਫਿਰ ਇਹ ਵੀਡੀਓ ਲੈ ਕੇ ਮੈਂ ਜਾਊਂਗਾ ਹੁਣ ਸਵੇਰੇ ਸੀਪੀ ਆਫਿਸ ਕਿ ਭਾਈ ਆਹ ਦੇਖੋ ਸਾਡੇ ਤੇ ਅਸੀਂ ਕੁਛ ਕੀਤਾ ਨਹੀਂ ਕਰਾਇਆ ਨਹੀਂ ਤੇ ਤੁਸੀਂ ਪਰਚਾ ਦੇਤਾ ਤੇ ਆਹ ਸਰਿਆਂ ਬੋਲੀ ਜਾਂਦਾ ਮਾਈਕ ਫੜ ਕੇ ਕਿ ਭਾਈ ਇਹਨੂੰ ਮਾਰੋਗੇ ਮੈਂ ਮਕਾਨ ਦਊਂਗਾ ਫਲਾਣਾ ਤੇ ਇੱਥੇ ਪਰਚਾ ਹੁਣ ਕਿਉਂ ਨਹੀਂ ਹੁੰਦਾ ਫੇਰ ਤੂੰ ਉਹ ਬਾਰ ਬਾਰ ਬੋਲੀ ਜਾਂਦਾ ਹਿੰਦੂ ਸਿੱਖ ਹਿੰਦੂ ਸਿੱਖ ਉਹ 15-20 ਜਾਣੇ ਆ ਤੁਸੀਂ ਹਿੰਦੂ ਸਿੱਖ ਨਹੀਂ ਹੈਗੇ 15-20 ਜਾਣੇ ਹੋ ਸਿਰਫ ਤੁਸੀਂ 21ਵਾਂ ਵੀ ਹੈ ਨਹੀਂ ਤੁਹਾਡੇ ਨਾਲ ਕੋਈ 21ਵਾਂ 21 ਬੰਦੇ ਵੀ ਹੈ ਨਹੀਂ ਤੁਸੀਂ 21 ਬੰਦੇ 15-20 ਬਸ ਮੈਂ 15-20 ਵੀ ਫਿਰ ਵੀ ਜ਼ਿਆਦਾ ਕਹਿ ਗਿਆ 3-4 ਹੀ ਖੜੇ ਸੀ ਇਹਦੇ ਨਾਲ ਉਹ ਵੀ ਹੱਸ ਰਹੇ ਸੀ ਦੇਖ ਕੇ ਕਿ ਕਾਰਟੂਨ ਬੋਲ ਕੀ ਰਿਹਾ ਉਹ ਨਾਲ ਜਿਹੜੇ ਕਾਰਟੂਨ ਖੜੇ ਸੀ ਨਾ ਹੱਥ ਜੋੜ ਕੇ ਵੀ ਹੱਸ ਰਹੇ ਸੀ ਕਾਰਟੂਨ ਵੱਲ ਦੇਖ ਕੇ ਕਿ ਕਾਰਟੂਨ ਕਹਿ ਕੀ ਰਿਹਾ ਵਾ ਕਿ ਭਾਈ ਮੇਰਾ ਮੈਂ ਆਪਣਾ ਮਕਾਨ ਲਿਖ ਦੂੰਗਾ ਜੇ ਤੁਸੀਂ ਉਹ ਕਰੋਗੇ ਆਪਣਾ ਜੇ ਕੋਈ ਕੁਛ ਉਹਨੂੰ ਸਨੀ ਸਿੰਘ ਨੂੰ ਕੋਈ ਗੋਲੀ ਮਾਰੂਗਾ ਲੈ ਉਹ ਕੁਛ ਕਰਨ ਜੋਗੇ ਹੈਗੇ ਹੋ ਸਿਕਿਉਰਟੀ ਵਾਲੇ ਨੇ ਇੱਕ 10 ਰੁਪਏ ਦਾ ਚਾਹ ਨਹੀਂ ਦੇ ਸਕਦੇ ਤੁਸੀਂ ਚਾਹ ਦਾ ਕੱਪ ਆ ਔਕਾਤ ਆ ਤੁਹਾਡੀ ਹੈ ਗੱਲਾਂ ਕਰ ਤੁਸੀਂ ਮਕਾਨ ਦੇ ਦਾਂਗੇ ਉਹ ਦੇ ਦਾਂਗੇ ਆਪ ਹੀ ਕਰ ਲਓ ਯਾਰ ਜੋ ਕੁਛ ਕਰਨਾ ਤੁਸੀਂ ਕਦੇ ਟਾਈਮ ਦੇ ਕੇ ਆਏ ਹੋ ਟਾਈਮ ਦੇ ਕੇ ਕਿੰਨੀ ਵਾਰ ਟਾਈਮ ਦਿੱਤਾ ਤੁਸੀਂ ਕਦੇ ਚੌੜੇ ਬਾਜ਼ਾਰ ਦਾ ਕਦੇ ਤੁਸੀਂ ਤਰੰਗਾ ਮਾਰਚ ਦਾ ਕਦੇ ਕਿਸੇ ਪਾਸੇ ਦਾ ਦੱਸੋ ਕਿਹੜੇ ਟਾਈਮ ਤੇ ਆਏ ਤੁਸੀਂ ਉਹ ਕੋਈ ਤਾਂ ਵਾਅਦਾ ਪੂਰਾ ਕਰ ਲਓ ਕੋਈ ਤਾਂ ਕਰ ਲਓ ਜਦੇ ਕਹਿ ਦੇਣਗੇ ਪ੍ਰਸ਼ਾਸਨ ਸਾਨੂੰ ਰੋਕਦਾ ਜੀ ਆਹ ਗੱਲਾਂ ਤਾਂ ਰੋਕਦਾ ਨਹੀਂ ਤੁਹਾਨੂੰ ਆ ਜਿਹੜੀ ਪੁੱਠੇ ਸਿੱਧੀਆਂ ਗੱਲਾਂ ਬੱਕਦੇ ਹੋ ਜਿਹੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਬੱਕਦੇ ਹੋ ਇਹਦੇ ਵਾਸਤੇ ਤੁਹਾਨੂੰ ਰੋਕਦਾ ਨਹੀਂ ਹੈਗਾ ਕੋਈ ਹੈ ਊਂ ਤੁਹਾਨੂੰ ਰੋਕ ਲੈਂਦਾ ਤਰੰਗਾ ਮਾਰਚ ਕੱਢਣ ਰੋਕੀ ਜਾਂਦਾ ਹੈ ਤੁਹਾਨੂੰ ਪ੍ਰਸ਼ਾਸਨ ਵਾਹ ਤੁਹਾਡੇ ਝੂਠ ਬੋਲਣਾ ਹੁੰਦਾ ਕੋਈ ਚੱਜ ਦਾ ਝੂਠ ਬੋਲਿਆ ਕਰੋ ਹੱਦ ਹੋ ਗਈ ਯਾਰ ਸਾਲੀ ਕਦੇ ਕਿਸੇ ਨੇ ਹੁਣ ਮੇਰਾ ਜੀ ਕਰਦਾ ਗਾਲਾਂ ਕੱਢਾਂ ਮੇਰਾ ਪਰ ਮੈਂ ਕੱਢ ਨਹੀਂ ਸਕਦਾ ਕਿ ਕਿਉਂ ਨਾ ਸਾਡੀਆਂ ਧੀਆਂ ਭੈਣਾਂ ਵੀ ਸਾਡੀਆਂ ਸੁਣਦੀਆਂ ਨੇ ਵੀਡੀਓ ਕੋਈ ਗੱਲ ਨਹੀਂ ਅਸੀਂ ਫਿਰ ਵੀ ਸਾਨੂੰ ਉਹ ਹੁੰਦਾ ਵਾ ਕਿ ਕਿਉਂ ਅਸੀਂ ਗਾਲਾਂ ਮੂੰਹ ਗੰਦਾ ਕਰਨਾ ਨਾ ਲੋਕਾਂ ਨੇ ਪਰ ਇਹ ਹਟਦੇ ਨਹੀਂ ਹੈਗੇ ਯਾਰ ਇੰਨਾ ਗੰਦ ਬਖੀ ਜਾਂਦਾ ਉਹ ਬੰਦਾ ਦੱਸ ਕਿ ਭਾਈ ਮੈਂ ਆਪਣਾ ਮਕਾਨ ਦੇ ਦੂੰ ਐਂ ਕਰ ਦੂੰ ਉਹ ਕਰ ਦਾਂਗੇ ਅਸੀਂ ਕਰ ਜੋਗੇ ਹੈ ਨਹੀਂ ਤੁਸੀਂ ਕੁਛ ਵੀ ਕੀ ਕੀਤਾ ਤੁਸੀਂ ਹੁਣ ਤੱਕ ਕੀ ਕੀਤਾ ਦੱਸੋ ਇੱਕ ਕੰਮ ਗਿਣਾ ਦੋ ਕੋਈ ਚੱਜ ਦਾ 2 ਕੇਲੇ ਦੇਣੇ ਆ ਨਾ ਕਿਸੇ ਗਰੀਬ ਨੂੰ 20 ਜਾਣੇ ਤੁਸੀਂ ਫੋਟੋਆਂ ਖਿਚਾਉਂਦੇ 2 ਕੇਲਿਆਂ ਦਿੰਦੇ ਆਹ ਔਕਾਤ ਆ ਤੁਹਾਡੀ 2 ਕੇਲੇ ਦਿੰਦੇ ਹੋ ਨਾ 20 ਫੋਟੋਆਂ ਹੋਣਗੀਆਂ ਨਾਲ 20-20 ਬੰਦੇ ਹੋਣਗੇ 2 ਕੇਲੇ ਉਹੀ ਰਿਪੀਟ ਕਰੀ ਜਾਂਦੇ ਉਹ ਕੇਲੇ ਇੱਕ ਫੜ ਕੇ ਦੂਜੇ ਨੂੰ ਫੜਾ ਦਿੰਦਾ ਉਹੀ ਫੜ ਕੇ ਦੁਬਾਰਾ ਫੇਰ ਕਿਸੇ ਨੂੰ ਫੜਾ ਦਿੰਦਾ ਆਹ ਔਕਾਤ ਆ ਤੁਹਾਡੀ ਸੁਣਨਾ ਹੋਰ ਕੁਛ ਮੇਰੇ ਤੋਂ ਗੱਲਾਂ ਤੁਸੀਂ ਕਰਦੇ ਹੋ ਸੀ ਆਹ ਸੇਵਾ ਕੀਤੀ ਉਹ ਕਿਹੜੀ ਸੇਵਾ ਕੀਤੀ ਤੁਸੀਂ ਲੋਕਾਂ ਨੂੰ ਧਰਮ ਦੇ ਨਾਮ ਤੇ ਲੜਾਇਆ ਸਿਕਿਉਰਟੀਆਂ ਤੁਸੀਂ ਇਕੱਠੀਆਂ ਕੀਤੀਆਂ ਇੱਕ ਫੋਨ ਪਾਕਿਸਤਾਨ ਦਾ ਸਿਮ ਲਓ ਕਿਤੋਂ ਵੀ ਫੋਨ ਕਰਾਓ ਬਸ ਸਿਕਿਉਰਟੀ ਲੈ ਲਓ ਆਪਣੀ ਬਸ ਜਾਂ ਕਹਿ ਦੋ ਭਾਈ ਮੈਨੂੰ ਤਾਂ ਉਹ ਆਉਂਦਾ ਜੀ ਖਤਰਾ ਵਾ ਜੀ ਐਂ ਕਰਕੇ ਜੀ ਖਤਰਾ ਕਾਹਦਾ ਖਤਰਾ ਹੁੰਦਾ ਵਾ ਆਪਣੀ ਜ਼ਬਾਨ ਹੀ ਆਪਾਂ ਨਹੀਂ ਖਤਰਾ ਵਾ ਬਸ ਜ਼ਬਾਨ ਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤਲਵਾਰ ਦਿੰਦੀ ਹੁੰਦੀ ਚੰਗੇ ਚੰਗੇ ਦੀਆਂ ਨਾ ਬੋਲੋ ਹੀ ਨਾ ਜੇ ਲੱਤਾਂ ਭਾਰ ਹੀ ਨਹੀਂ ਚੱਲਦੀਆਂ ਤੁਸੀਂ ਬੋਲੋ ਹੀ ਨਾ ਘੱਟੋ ਘੱਟ ਆਪਣਾ ਮੂੰਹੇ ਬੰਦ ਰੱਖ ਲਓ ਹੋਰ ਨਹੀਂ ਨਾ ਕੋਈ ਮੈਂ ਨਹੀਂ ਕਹਿੰਦਾ ਕਿ ਜਮਾ ਹੀ ਬੋਲੋ ਨਾ ਪਰ ਬੋਲੋ ਆਪਣੇ ਧਰਮ ਦੀ ਗੱਲ ਕਰ ਲਓ ਕਿ ਤੁਸੀਂ ਹਿੰਦੂ ਧਰਮ ਕਿੱਡਾ ਵਿਸ਼ਾਲ ਆ ਉਹਦੀ ਨਹੀਂ ਗੱਲ ਕਰਨੀ ਬਸ ਤੁਹਾਨੂੰ ਇਹ ਆ ਸ਼ਿਵ ਸੈਨਾ ਵਾਲੇ ਜੀ ਆਹ ਕਰਨਾ ਜੀ ਉਹ ਕਰਨਾ ਇਹਨੂੰ ਮਾਰ ਦਾਂਗੇ ਜੀ ਆਹ ਮਕਾਨ ਦੇ ਦਾਂਗੇ ਇਹਨੂੰ ਮਾਰ ਦੋ ਅਸੀਂ ਆਹ ਕਰ ਦਾਂਗੇ ਕਰਨ ਜੋਗੇ ਤੁਸੀਂ ਕੁਛ ਨਹੀਂ 1 ਰੁਪਈਆ ਨਹੀਂ ਕਿਸੇ ਨੂੰ ਤੁਸੀਂ ਗਰੀਬ ਨੂੰ ਦੇ ਸਕਦੇ 1 ਰੁਪਈਆ ਹੋਰ ਸੁਣ ਦੱਸਾਂ ਤੁਹਾਡੀ ਔਕਾਤ ਮੈਂ ਆ ਇੱਕ ਕੱਲ ਬੈਠਾ ਸੀਗਾ ਆਪਣੇ ਆਪਣੇ ਇੰਟਰਵਿਊ ਦੇ ਰਿਹਾ ਸੀ ਕਿ ਮਾਨ ਸਾਹਿਬ ਮੈਨੂੰ ਡਿਬੇਟ ਲਈ ਬੁਲਾਉਣ ਆ ਆਪਣੇ ਅਮਿਤ ਅਰੋੜਾ ਕਾਰਟੂਨ ਉਹਦੀ ਵੀ ਕੱਲ ਮੈਂ ਵੀਡੀਓ ਦੇਖੀ ਕਿ ਮਾਨ ਸਾਹਿਬ ਸੀਐਮ ਸਾਹਿਬ ਮੈਨੂੰ ਡਿਬੇਟ ਲਈ ਬੁਲਾਉਣ ਮੈਂ ਜਾਣਾ ਡਿਬੇਟ ਲਈ ਉਹ ਜੇ ਮੈਂ ਇੱਕ ਸਿੰਪਲ ਆ ਮੈਂ ਤਾਂ ਤੇਰੀ ਔਕਾਤ ਹੈ ਨੀ ਸੀਐਮ ਸਾਹਿਬ ਨਾਲ ਬੈਠਣ ਦੀ ਤੇਰੀ ਔਕਾਤ ਹੈ ਨੀ ਅਮਿਤ ਅਰੋੜੇ ਤੇ ਹੋਰ ਜਿਹੜੇ ਵੀ ਤੇਰੇ ਨਾਲ ਦੇ ਜਿਹੜੇ ਕਾਰਟੂਨ ਹੈਗੇ ਨੇ ਰਾਜੀਵ ਟੰਡਨ ਭਾਨੂ ਵਰਗੇ ਇਹਨਾਂ ਦੀ ਔਕਾਤ ਨਹੀਂ ਹੈਗੀ ਕਿ ਸੀਐਮ ਸਾਹਿਬ ਦੇ ਨਾਲ ਜਾ ਕੇ ਬੈਠਣ
ਭਗਵੰਤ ਮਾਨ ਸਾਹਿਬ ਨਾਲ ਜਾ ਕੇ ਬੈਠਣ ਉਹਦੇ ਨਾਲ। ਤੁਸੀਂ ਮੇਰੇ ਨਾਲ ਕਰ ਲਓ ਡਿਬੇਟ, ਚੈਨਲਾਂ ਦੇ ਬਹਿ ਕੇ ਤਾਂ ਬਹੁਤ ਫੋਕੀਆਂ ਫੜਾ ਮਾਰਦੇ ਹੋ, ਤੁਸੀਂ ਆ ਕੇ ਮੇਰੇ ਨਾਲ ਕਰ ਲਓ ਡਿਬੇਟ। ਟਾਈਮ ਵੀ ਤੁਹਾਡਾ, ਜਗ੍ਹਾ ਵੀ ਤੁਹਾਡੀ, ਤੁਸੀਂ ਸਾਰੇ ਆ ਜਾਓ ਇਕੱਠੇ ਹੋ ਕੇ, ਨਾਲ ਸਕਿਉਰਟੀਆਂ ਵੀ ਲਿਆਓ, ਮੈਂ ਇਕੱਲਾ ਆਊਂਗਾ। ਚਲੋ ਰੱਖੋ ਟਾਈਮ, ਦੱਸੋ ਕਰਦੇ ਆ ਡਿਬੇਟ, ਆ ਜਾਓ ਕਰੋ। ਸਾਰੇ ਚੈਨਲ ਬੁਲਾ ਲਓ, ਸਾਰੇ ਚੈਨਲ ਤੁਹਾਡੇ ਮਨਪਸੰਦ ਦੇ, ਮੇਰਾ ਕੋਈ ਨਹੀਂ ਹੋਊਗਾ, ਤੁਹਾਡੇ ਮਨਪਸੰਦ ਦੇ ਚੈਨਲ ਬੁਲਾ ਲਓ ਸਾਰੀ, ਜਿਹੜੇ ਤੁਹਾਡੇ ਤੁਹਾਨੂੰ ਸਿਰ ਚੜਾਇਆ ਜਿਨ੍ਹਾਂ ਨੇ, ਉਹੀ ਚੈਨਲ ਬੁਲਾ ਲਓ ਬਸ। ਮੈਂ ਦੁਬਾਰਾ ਕਹਿ ਦਿੰਦਾ, ਟਾਈਮ ਵੀ ਤੁਹਾਡਾ, ਜਗ੍ਹਾ ਵੀ ਤੁਹਾਡੀ, ਤੁਸੀਂ ਸਾਰੇ ਕੱਟ ਨੂੰ ਆ ਜਾਓ ਇਕੱਠੇ ਹੋ ਕੇ ਡਿਬੇਟ। ਤੂੰ ਬਾਲੀ ਡਿਬੇਟ ਡਿਬੇਟ ਲੱਗਿਆ ਸੀ ਨਾ ਕੱਲ ਕਿ ਸੀ ਐਮ ਸਾਹਿਬ ਮੈਨੂੰ ਬੁਲਾਉਣ ਡਿਬੇਟ ਵਾਸਤੇ, ਔਕਾਤ ਦੇਖੀ ਤੇਰੀ, ਔਕਾਤ ਪਤਾ ਕੀ ਆ, ਦੱਸਾਂ ਮੈਂ ਤੈਨੂੰ ਔਕਾਤ ਕੀ ਆ, ਬੰਬ ਫਟਦਾ ਇੱਕ ਜਵਾਕ ਬਾਹਰ ਕਰੇ, ਮੁਰਗਾ ਸ਼ਾਹ ਬੰਬ ਬਾਲਦੇ ਨਾ ਤੇਰੀ ਵਿੱਚ ਬਾਥਰੂਮ ਨਿਕਲ, ਤੇਰਾ ਪਿਸ਼ਾਬ ਨਿਕਲ ਜਾਂਦਾ ਵਿੱਚ ਤੇਰਾ, ਜੇ ਗਲੀ ਤੁਹਾਡੇ ਬੰਬ ਫਟਦਾ ਨਾ ਇੱਕ ਮੁਰਗਾ ਸ਼ਾਹ ਜਾਂ ਕੋਈ ਹੋਰ ਜਵਾਕ ਮਾਰਦੇ ਆ ਤੇ ਬਾਥਰੂਮ ਨਿਕਲ ਜਾਂਦਾ ਤੇਰਾ ਵਿੱਚ, ਆਹ ਔਕਾਤ ਆ ਤੁਹਾਡੀ। ਹੋਰ ਦੱਸਾਂ, ਹੋਰ ਦੱਸਾਂ, ਬਿਨਾਂ ਸਕਿਉਰਟੀ ਤੂੰ ਬਾਥਰੂਮ ਨਹੀਂ ਜਾ ਸਕਦਾ, ਬਿਨਾਂ ਸਕਿਉਰਟੀ ਤੂੰ ਬਾਥਰੂਮ ਨਹੀਂ ਜਾ ਸਕਦਾ, ਆਹ ਔਕਾਤ ਆ ਤੇਰੀ। ਮੈਂ ਕਹਿੰਦਾ ਮੈਨੂੰ ਬੁਲਾਓ ਡਿਬੇਟ ਲਈ, ਮੈਂ ਹੁਣ ਵੀ ਆਉਣ ਨੂੰ ਤਿਆਰ ਹਾਂ, ਮੈਂ ਡਰਦਾ ਨਹੀਂ, ਕੋਈ ਗੱਲ ਨਹੀਂ, ਇੱਕ ਪਰਚਾ ਪੈ ਗਿਆ, ਇੱਕ ਹੋਰ ਪੈ ਜੂ, ਦੋ ਪੈ ਗਏ ਆ, ਤੀਜਾ ਵੀ ਪੈ ਜੂ, ਕੋਈ ਨਹੀਂ, ਭੁਗਤਾਂ ਭੁਗਤ ਰਹੇ ਹਾਂ, ਕੋਈ ਗੱਲ ਨਹੀਂ, ਅਸੀਂ ਵੀ ਭੁਗਤਾਂਗੇ, ਹਾਈ ਕੋਰਟ ਤੱਕ ਜਾਵਾਂਗੇ, ਕੋਈ ਗੱਲ ਨਹੀਂ, ਅਜੇ ਘਰ ਅਸੀਂ ਨਹੀਂ ਹਟਣ ਲੱਗੇ, ਤੀਜਾ ਪੈ ਜੂ ਤਾਂ ਵੀ ਕੋਈ ਡਰ ਨਹੀਂ, ਦੋ ਹੋ ਗਏ ਹੁਣ ਤਾਂ, ਹੋ ਗਿਆ ਜੋ ਹੋਣਾ ਸੀ ਹੋ ਗਿਆ, ਕੋਈ ਗੱਲ ਨਹੀਂ, ਹੁਣ ਪਾਵੇ ਪਰਚਾ, ਸਵਾਹ ਤਾਂ ਹੁਣ ਆਉਂਦਾ, ਹੋਰ ਸਾਰੀਆਂ ਨਿੰਗ ਜਥੇਬੰਦੀਆਂ ਐਸ ਜੀ ਪੀ ਸੀ ਸਾਡੇ ਪਿੱਛੇ ਖੜੀ ਆ, ਹੁਣ ਹੁਣ ਪਾਓ ਪਰਚਾ, ਨਜਾਇਜ਼ ਕਿਵੇਂ ਪੈਂਦਾ ਸਾਡੇ ਤੇ, ਪਹਿਲਾਂ ਦੋ ਪੈ ਗਏ, ਚਲੋ ਕੋਈ ਨਹੀਂ, ਉਹ ਵੀ ਹਾਈ ਕੋਰਟ ਤੇ ਰਿਜੈਕਟ ਕਰਾਵਾਂਗੇ, ਕੈਂਸਲ ਹੋਊਗੇ, ਉਹ ਵੀ ਦੋਏ ਹਾਈ ਕੋਰਟ ਚੋਂ ਕਰਾਵਾਂਗੇ ਰਿਜੈਕਟ। ਹੋਰ ਦੱਸੋ, ਮੈਂ ਤਾਂ ਤੁਹਾਨੂੰ ਕਹਿੰਦਾ ਤੂੰ ਸੀ ਐਮ ਸਾਹਿਬ ਨਾਲ ਬੈਠਣੀ ਤੁਹਾਡੀ ਔਕਾਤ ਹੈ ਨਹੀਂ, ਚਲੋ ਮੈਂ ਤਾਂ ਹਜੇ ਮਿੱਟੀ ਆ ਯਾਰ, ਮੈਂ ਮਿੱਟੀ ਆ, ਤੁਸੀਂ ਸੁਣਨਾ, ਮੈਂ ਮਿੱਟੀ ਆ, ਆ ਕੇ ਮੈਂ, ਚਲੋ ਹੋਰ ਦੱਸੋ, ਸਾਰੀ ਆ ਜਾਓ, ਸਾਰੀ ਸਕਿਉਰਟੀ ਖੜੀ ਕਰ ਲਓ, ਦੱਸੋ ਕਿੱਥੇ ਕਰਨਾ ਆਪਣੀ ਡਿਬੇਟ ਕਰਦੇ ਆ ਆਪਾਂ, ਮੇਰੇ 5 ਸਵਾਲ, ਤੁਹਾਡੇ 20 ਸਵਾਲ, ਚਲੋ ਹੋਰ ਦੱਸੋ, ਕਰੋ, ਆ ਜਾਓ ਕਰੀਏ, ਚਲੋ ਕਰੀਏ ਡਿਬੇਟ, ਜੇ ਲੱਤਾਂ ਭਾਰ ਚੱਲਦੀਆਂ ਤਾਂ ਹੈਗੀਆਂ ਤਾਂ ਆ ਜਾਓ ਕਰੋ ਡਿਬੇਟ, ਜੇ ਨਹੀਂ ਹੈਗੇ ਤਾਂ ਐਵੇਂ ਫੋਕੀਆਂ ਫੜਾ ਮਰੀ ਜਾਂਦਾ, ਲਾ ਕੇ ਆਪਣੀ ਗੰਜ ਇਹਨੂੰ ਤੇਲ, ਮੂੰਹ ਚਮਕਾ ਕੇ ਬਾਂਦਰ ਵਰਗਾ, ਆਪਣਾ ਸੂਰ ਵਰਗਾ ਕਰਕੇ ਮੂੰਹ, ਤੂੰ ਬਹਿ ਜਾ ਨਾ ਇੱਥੇ, ਚਮਕਾ ਕੇ ਬੋਲਣ ਲੱਗ ਜਾ ਲੋਕਾਂ ਨੂੰ ਪੁੱਠਾ ਸਿੱਧਾ, ਤੂੰ ਕਦੇ ਐ ਨੀ ਕਦੇ ਆਉ ਨੀ, ਕਦੇ ਐ ਨੀ ਕਦੇ ਆਉ ਨੀ, ਆਪਣੇ ਧਰਮ ਤੁਹਾਡੇ ਧਰਮ ਚ ਕੀ ਕੁਛ ਹੋ ਰਿਹਾ ਉਹਦੇ ਬਾਰੇ ਬੋਲ ਲਓ, ਉਹਦੇ ਬਾਰੇ ਬੋਲ ਲਓ, ਉਹਦੇ ਕਦੇ ਨਹੀਂ ਬੋਲਦੇ ਹੈਗੇ, ਹਰਿਆਣੇ ਦੇ ਵਿੱਚ ਹਿੰਦੂ ਤੇ ਮੁਸਲਮਾਨਾਂ ਨੂੰ ਲੜਾਇਆ ਗਿਆ, ਉਸ ਵੇਲੇ ਉਦੋਂ ਬੋਲਿਆ ਨੀ, ਮਣੀਪੁਰ ਚ ਸਾਡੀਆਂ ਧੀਆਂ ਭੈਣਾਂ ਨੂੰ ਨੰਗੇ ਕਰਕੇ ਇਹਨੂੰ ਘੁਮਾਇਆ ਗਿਆ, ਉਦੋਂ ਨੀ ਬੋਲਿਆ ਤੁਸੀਂ, ਪੰਜਾਬ ਚ ਇੰਨਾ ਨਸ਼ਾ ਵੱਧ ਗਿਆ, ਬੇਰੋਜ਼ਗਾਰੀ, ਉਹ ਤੇ ਨੀ ਬੋਲਣਾ, ਹਿੰਦੂ ਸਿੱਖ, ਹਿੰਦੂ ਸਿੱਖ ਹੀ ਬੋਲਣਾ ਬਸ, ਉਹ ਤੁਹਾਡੇ ਪਿੱਛੇ ਲੱਗਣ ਵਾਲਾ ਕੋਈ, ਸਭ ਨੂੰ ਪਤਾ ਤੁਹਾਡੀ ਔਕਾਤ, ਤੁਸੀਂ ਕੋਈ ਚੇਅਰਮੈਨ ਹੋ, ਕੋਈ ਪ੍ਰੈਜੀਡੈਂਟ ਬਣੇ ਹੋਏ ਹੋ ਆਪਣੇ ਆਪੇ, ਕਿਸੇ ਨੇ ਨੀ ਤੁਹਾਨੂੰ ਬਣਾਇਆ, ਆਪਣੇ ਆਪੇ 10-12 ਬੰਦੇ ਹੋ, ਸਾਰੀ ਤੁਸੀਂ ਪ੍ਰੈਜੀਡੈਂਟ ਲੱਗੇ ਹੋਏ ਹੋ, ਸਾਰੀ ਸਾਰੀ, ਕੋਈ ਚੇਅਰਮੈਨ ਲੱਗਿਆ ਹੋਇਆ, ਕੋਈ ਪ੍ਰੈਜੀਡੈਂਟ ਲੱਗਿਆ ਹੋਇਆ, ਵਾ ਕੋਈ ਹੈ, ਕੋਈ ਅੱਜ ਤੱਕ ਤੁਸੀਂ ਚੇਅਰਮੈਨੀਆਂ ਲਿੱਤੀਆਂ ਹੋਈਆਂ ਨੇ, ਤੁਸੀਂ ਆਪਣੇ ਨੂੰ ਚੇਅਰਮੈਨ ਕਹਾਉਂਦੇ ਹੋ, ਉਹ ਚੇਅਰਮੈਨ ਵੀ ਨਾ ਘੱਟੋ ਘੱਟ 10 ਬੰਦੇ ਨਾਲ ਲੈ ਕੇ ਤੁਰਦਾ, ਤੁਹਾਡੇ ਕੋਲ ਤਾਂ ਸਿਰਫ ਇੱਕ ਗਨਮੈਨ ਹੁੰਦੇ ਨੇ, ਹੋਰ ਕੁਛ ਨਹੀਂ ਹੁੰਦਾ ਤੁਹਾਡੇ ਕੋਲ, ਦੱਸ ਦਿਓ ਕੌਣ ਹੁੰਦਾ ਤੁਹਾਡੇ ਕੋਲ, ਹੈ ਕੋਈ ਤੁਹਾਡੇ ਨਾਲ ਬਹਿੰਦਾ, ਮੂੰਹ ਚੱਕਿਆ ਕਦੇ ਐਨ ਨੂੰ ਤੁਰ ਪਏ, ਕਦੇ ਕਿਸੇ ਦੀ ਕੰਪਲੇਂਟ, ਕਦੇ ਕਿਸੇ ਦਾ ਡੈਫਾਮੇਸ਼ਨ, ਬਸ ਆਹੀ ਕੰਮ ਕਰੀ ਚੱਲੋ, ਡੈਫਾਮੇਸ਼ਨ ਹੈ, ਡੈਫਾਮੇਸ਼ਨ ਨੂੰ ਵੀ ਤੁਸੀਂ ਮਜ਼ਾਕ ਬਣਾ ਕੇ ਰੱਖਤਾ, ਦੋ ਆ ਗਏ ਮੈਨੂੰ, ਕੋਈ ਗੱਲ ਨਹੀਂ, ਚੱਲੀ ਜਾਣ ਤੋਂ ਕਰਾਂਗੇ, ਤੁਸੀਂ ਆਪਣਾ ਰੱਖਿਓ, ਮੈਂ ਆਪਣਾ ਪੱਖ ਰੱਖੂੰ ਕੋਰਟ 'ਚ, ਕੋਈ ਗੱਲ ਨਹੀਂ, ਡੈਫਾਮੇਸ਼ਨ ਜੋਗੇ ਹੀ ਹੋ, ਡਿਬੇਟ ਕਰਨ ਜੋਗੇ ਹੈ ਨਹੀਂ, ਫਿਰ ਐਵੇਂ ਫੜਾ ਨਾ ਮਾਰੋ ਬੈ ਕੇ ਟੀਵੀ ਚੈਨਲਾਂ ਦੇ ਉੱਪਰ ਕਿ ਅਸੀਂ ਐਂ ਕਰ ਦਾਂਗੇ ਜੀ, ਅਸੀਂ ਓਂ ਕਰ ਦਾਂਗੇ, ਕਰਨ ਜੋਗੇ ਕੁਛ ਵੀ ਨਹੀਂ ਹੈਗੇ ਤੁਸੀਂ, ਕੁਛ ਵੀ ਨਹੀਂ ਹੈਗੇ ਤੁਸੀਂ, ਕੁਛ ਵੀ ਨਹੀਂ ਗੇ ਤੁਸੀਂ, ਹੋਰ ਦੱਸੋ, ਕੁਛ ਕੁਛ ਸ਼ਬਦ ਵੀ ਬਹੁਤ ਵੱਡਾ ਹੁੰਦਾ, ਕੁਛ ਸ਼ਬਦ, ਪਰ ਉਹ ਵੀ ਨਹੀਂ ਹੈਗੇ ਤੁਸੀਂ ਯਾਰ, ਹੋਰ ਦੱਸੋ, ਨਹੀਂ ਤਾਂ ਕਰਦੇ ਹਾਂ ਡਿਬੇਟ, ਆ ਜਾਓ, ਜੇ ਲੱਤਾਂ ਭਾਰ ਚੱਲਦੀਆਂ ਤਾਂ ਦੱਸੋ ਕਿੱਥੇ ਕਰਨੀਆਂ, ਆ ਜਾਓ ਕਰਦੇ ਆਪਾਂ ਬਹਿ ਕੇ ਡਿਬੇਟ, ਮੈਂ ਆਊਂਗਾ, ਮੈਂ ਹੁਣ ਵੀ ਕਹਿੰਦਾ, ਮੈਂ ਉਦੋਂ ਵੀ ਡਰਿਆ, ਹੁਣ ਵੀ ਡਰਨਾ, ਹੁਣ ਵੀ ਉਹੀ ਬੋਲੂ ਜਿੱਦਾਂ ਪਹਿਲਾਂ ਬੋਲਦਾ ਸੀ, ਆ ਥੋੜੇ ਕੁ ਜਿਹਨੇ ਆਪਣੇ ਕੰਮ ਕਾਰ ਸੀਗੇ ਥੋੜੇ ਘਰ ਦੇ ਕਰਨ ਵਾਲੇ, ਉਹਨਾਂ ਵਿੱਚ ਉਲਝਿਆ ਸੀ ਮੈਂ, ਕੋਈ ਗੱਲ ਨਹੀਂ, ਪਹਿਲਾਂ ਵੀ ਬੋਲਦੀ, ਹੁਣ ਫੇਰ ਬੋਲੂ, ਉਹ ਕਿਹੜੇ ਸਟਾਰਟ ਕਰੂੰ ਫੇਰ, ਜਿੱਦਾਂ ਪਹਿਲਾਂ ਕੀਤਾ ਹੋ ਜੀ ਤੁਹਾਡੇ ਖਿਲਾਫ, ਤੁਹਾਡਾ ਇੱਕ ਪਾਸਾ ਕਰਾ ਕੇ ਛੱਡਾਂਗੇ, ਤੁਹਾਡੀ ਇਨਕੁਆਇਰੀਆਂ ਲਵਾ ਕੇ ਛੱਡੂ, ਜਿਹੜੇ ਬੰਦਿਆਂ ਨੇ ਤੁਸੀਂ ਪੈਸੇ ਖਾਧੇ ਆ, ਸਕਿਉਰਟੀਆਂ ਲੈ ਕੇ ਲੋਕਾਂ ਨੂੰ ਡਰਾਉਂਦੇ ਹੋ, ਉਹ ਸਾਰੀਆਂ ਇਨਕੁਆਇਰੀਆਂ ਹੁਣ ਕਰਵਾਊ, ਕੋਈ ਗੱਲ ਨਹੀਂ, ਤੁਸੀਂ ਜਿੰਨੇ ਕੁ ਕਰੋਗੇ ਤਾਂ ਕਰੋ, ਤੁਸੀਂ ਜੋ ਤੋਂ ਕਰ ਹੁੰਦਾ ਤੁਸੀਂ ਕਰ ਲਓ, ਮੈਂ ਮੇਰੇ ਤੋਂ ਜੋ ਕਰ ਹੁੰਦਾ ਮੈਂ ਕਰਦਾ, ਮੈਨੂੰ ਪਤਾ ਤੁਸੀਂ ਕੀ ਕਰਨੇ ਹੋ, ਸਭ ਤੋਂ ਪਤਾ ਮੈਨੂੰ, 15-20 ਦਿਨ ਹੋ ਗਏ ਜਿਹੜੀ ਤੁਸੀਂ ਰੇਕੀ ਕਰਾਉਣ ਲੱਗੇ ਹੋ, ਮੈਨੂੰ ਸਭ ਪਤਾ, ਮੈਂ ਬੋਲਦਾ ਹੀ ਨਹੀਂ ਇੱਕ, ਮੈਂ ਕਹਿੰਦਾ ਕੋਈ ਨਹੀਂ ਕਰਨ ਦਿਓ ਇਹਨਾਂ ਨੂੰ, ਬੰਦੇ ਫੜ ਕੇ, ਮੈਂ ਕੋਈ, ਮੈਨੂੰ ਮੇਰੇ ਦੋਸਤ ਕਹਿੰਦੇ ਸੀ ਤਰੀਕ ਤੇ ਗਏ ਸੀ ਜਿੱਦਣ, ਕਿ ਪੁਲਿਸ ਸਟੇਸ਼ਨ ਜਾ ਕੇ ਨਾ ਕੰਪਲੇਂਟ ਦੇ ਦੇ ਜਿਹੜੀ ਰੇਕੀ ਲੱਗੀ ਹੋਈ ਹੈ, ਮੈਂ ਕਹਿੰਦਾ ਕੰਪਲੇਂਟ ਨਹੀਂ ਦੇਣੀ, ਫੜ ਕੇ ਬੰਦੇ ਲੈ ਕੇ ਜਾਣੇ ਨੇ ਉੱਥੇ ਥਾਣੇ, ਕਿ ਆਹ ਬੰਦੇ ਆ ਜੀ, ਆਹ ਰੇਕੀ ਚੱਲ ਰਹੀ ਆ ਜੀ, ਆਹ ਦੇਖੋ ਹੁਣ ਤੁਸੀਂ ਕਰੋ ਕਾਰਵਾਈ, ਕਿਹੜੀ ਕਰਦੇ ਹੋ ਕਾਰਵਾਈ, ਐ ਨਹੀਂ ਕੰਪਲੇਂਟ ਨਹੀਂ ਦੇਣੀ, ਨਾ ਬੰਦੇ ਫੜ ਕੇ ਆਪ, ਜਿਹੜੀ 15-20 ਦਿਨ ਦੀ ਰੇਕੀ ਲੱਗੀ ਹੋਈ ਆ ਨਾ, ਉਹ ਸਭ ਚੱਲ, ਮੈਨੂੰ ਪਤਾ ਕਿਹਨੇ ਲਵਾਈ ਆ, ਕੌਣ ਕਰ ਰਿਹਾ ਵਾ, ਸਭ ਪਤਾ ਵਾ,
मैं कंप्लेट नहीं देनी, मैं कंप्लेट दो ओ तो फटके नाल लड़ा के फिर वीडियो बना के सारे लोगों को दसांगे आ फटके दते जी हुण देखदे की इहनां ते हुंदी है कारवाई। फटके लै दऊंगा तुहाडे सामने फटके छित्तर मार के लैके जावांगे नाले थाने। जिहड़ी रेकी तुसीं करवा रहे हो सब पता मैनूं, तुसीं एडे जोगे ही हो, होर तुहाडे पल्ले तां है ही नहीं कख वी, तुहाडे पल्ले है ही कख नहीं, तुसीं सिर्फ आही काम करा सकदे हो, रेकी करवा ली किसे दी, किसे दा फोन टैप करवा लिया, किसे दा कुछ करा लिया, किसे दी झूठी डेफामेशन पाती, किसे दा झूठा केस लवाता, ਜਮੇ ਨੀ ਡਰਦੇ। ਮੈਂ ਕਹਿੰਦਾ ਜਿੱਥੇ ਤੱਕ ਥੋਤੋਂ ਹੁੰਦਾ ਬਾਹਰ ਲਾਲੀ ਲਾ ਲਓ, ਡਰਾ ਲਓ ਜਿੰਨਾ ਕੁ ਡਰਾ ਹੁੰਦਾ। ਮੈਂ ਤਾਂ ਸਗੋਂ ਹੋਰ ਮਜ਼ਬੂਤ ਹੋ ਕੇ ਨਿਕਲਿਆ ਜੇਲ੍ਹ ਚੋਂ, ਹੋਰ ਮਜ਼ਬੂਤ ਹੋ ਕੇ ਨਿਕਲਿਆ, ਹੋਰ ਜ਼ਿਆਦਾ ਬੋਲੂ ਹੁਣ, ਜਿੰਨਾ ਕੁ ਪਹਿਲਾਂ ਬਹੁਤ ਦੁੱਗਣਾ ਬੋਲੂ। ਰੋਕ ਲਿਓ ਜੇ ਰੋਕਣ ਦਾ, ਜੇ ਤੁਹਾਡੇ ਦਮ ਹੋਇਆ ਤਾਂ ਰੋਕ ਲਿਓ, ਜੇ ਮੇਰੇ 'ਚ ਦਮ ਹੋਊਗਾ ਮੈਂ ਤੁਹਾਨੂੰ ਕਰ ਲੂੰਗਾ ਜੋ ਕਰਨਾ ਹੋਊਗਾ। ਤੁਹਾਡੀਆਂ ਤਾਂ ਸਕਿਉਰਟੀਆਂ ਕੀ ਸਾਰੀਆਂ ਇਨਕੁਆਇਰੀਆਂ ਕਰਵਾਉਣੀਆਂ ਨੇ, ਏ ਟੂ ਜੈਡ, ਕਿਹਦਾ ਮੰਦਰ, ਕਿਹਦਾ ਘਰ, ਕਿਹਦਾ ਕੁਛ, ਕਿਹਦਾ ਆਸਟ੍ਰੇਲੀਆ ਬੈਠਾ, ਸਭ ਕਰਵਾਵਾਂਗੇ, ਕੋਈ ਨਹੀਂ ਫਿਕਰ ਨਾ ਕਰੋ। ਆ ਜਿਹੜੀਆਂ ਤੁਸੀਂ ਆਪਣੇ ਨਕਲੀ ਬਣਾ ਕੇ ਆਈਡੀਆਂ ਮੈਨੂੰ ਕਮੈਂਟ ਕਰਦੇ ਹੋ ਨਾ ਗੰਦੇ ਮੰਦੇ, ਇਹਦੇ ਨਾਲ ਨਹੀਂ ਮੈਂ ਚੁੱਕਣ ਲੱਗਿਆ, ਨਾ 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 ਨਾ, ਉਹ ਸਾਰਾ ਕੁਝ ਸਾਂਭਿਆ ਹੋਇਆ, ਫਿਕਰ ਨਾ ਕਰੋ। ਜੇ ਜਿੱਦਣ ਉਹ ਪਤਾ ਲੱਗ ਗਿਆ ਕਿ ਬੰਦਾ ਹੈ ਕਿਹੜਾ ਵਾ ਉਹ ਹਿੰਦੂ ਸਿਪਾਹੀ, ਫਿਰ ਦੇਖਿਓ ਡਾਂਗ ਵੀ ਮੇਰੀ ਤੇ ਦੇਖੋ ਫਿਰ ਤੁਸੀਂ ਜਗ੍ਹਾ ਵੀ ਮੇਰੀ, ਫਿਰ ਇਹ ਦੱਸੂ ਫਿਰ ਮੈਂ ਕੀ ਭਾਵੇ ਲੱਗਿਆ, ਲੱਗੇ ਹੋਏ ਅਸੀਂ ਪਤਾ ਕਰਨ ਕੋਈ ਹਿੰਦੂ ਸਿਪਾਹੀ ਹੈ ਕਿਹੜਾ, ਜਿਹੜਾ ਮੇਰੇ ਪਰਿਵਾਰ ਬਾਰੇ ਜਾਂ ਮੇਰੇ ਬਾਰੇ ਬਕਵਾਸ ਕਰਦਾ ਫਿਰਦਾ ਨਾ ਨਕਲੀ ਆਈਡੀ ਬਣਾ ਕੇ ਸ਼ੇਰ ਦਾ ਲਾ ਕੇ ਫੋਟੋ, ਪਤਾ ਤਾਂ ਮੈਨੂੰ ਹੈਗਾ ਉਹ ਕੌਣ ਆ, ਇੱਕ ਵਾਰ ਕਨਫਰਮ ਹੋ ਜਾਵੇ ਚੰਗੀ ਤਰ੍ਹਾਂ। ਪੱਤਰਕਾਰ ਵੀ ਲੱਗੇ ਹੋਏ ਨੇ ਦੋ ਚਾਰ ਜਿਨ੍ਹਾਂ ਦੇ ਖਿਲਾਫ ਬੋਲਿਆ ਨਾ, ਪੱਤਰਕਾਰ ਵੀ ਲੱਗਿਆ ਹੋਏ ਆ ਉਹਦੇ ਖਿਲਾਫ, ਜਿੱਦਣ ਲੱਗ ਗਿਆ ਪਤਾ ਫਿਰ ਦੇਖਿਓ ਡਾਂਗ ਫਿਰਦੀ ਉਹਦੇ। ਫਿਰ ਤੁਹਾਨੂੰ ਮੈਂ ਦਿਖਾਉਂ ਕਰਕੇ ਤੁਹਾਨੂੰ ਦੱਸਾਂਗੇ ਫਿਰ ਹੁੰਦਾ ਕੀ, ਜੱਟ ਹੁੰਦੇ ਕੀ ਨੇ ਫਿਰ ਤੁਹਾਨੂੰ ਮੈਂ ਦੱਸੂ ਜੱਟ ਹੁੰਦੇ ਕੀ ਨੇ, ਤੁਸੀਂ ਸਾਰੇ ਵੜਕਾ ਮਾਰਨ ਜੋਗੇ, ਫੁੱਕੀਆਂ ਫੜੀਆਂ ਮਾਰਨ ਜੋਗੇ ਹੋ, ਜੱਟ ਕਹਾਉਣ ਜੋਗੇ ਆਪਣੇ ਆਪ ਨੂੰ, ਤੁਹਾਨੂੰ ਫਿਰ ਮੈਂ ਦੱਸੂ ਜੱਟ ਹੁੰਦੇ ਕੀ ਨੇ ਤੇ ਕਰਦੇ ਕੀ ਹੁੰਦੇ ਨੇ ਜੱਟ, ਬਿਨਾਂ ਮਤਲਬ ਤੋਂ ਤੁਸੀਂ ਤੰਗ ਕੀਤਾ ਪਿਆ। ਪਿਛਲੇ 20 ਦਿਨ ਹੋ ਗਏ ਜਿੱਦਣ ਦੇ ਜੇਲ੍ਹ ਚੋਂ ਨਿਕਲਿਆ, ਮੈਂ ਦੇਖਿਆ ਉਹ ਹਿੰਦੂ ਸਿਪਾਹੀ ਬਣਾ ਕੇ ਪੇਜ ਇੱਕ ਨਿਕਲਿਆ, ਉਹੀ ਫਾਲਤੂ ਨੇ ਮੈਸੇਜ ਬਿਨਾਂ ਕੋਈ ਕਮੈਂਟਾਂ 'ਚ, ਫਿਰ ਜੇ ਮੈਂ ਕਰਦਾ ਫਿਰ ਬੰਦ ਕਰਕੇ ਕਿਉਂ ਭਜਦਾ ਵਾ, ਉਹਨੂੰ ਕਹਿ ਮੈਸੈਂਜਰ ਤੇ ਖੋਲ ਫਿਰ, ਮੈਨੂੰ ਮੈਸੈਂਜਰ ਓਪਨ ਕਰ ਆਪਣਾ, ਕਰ ਗੱਲ ਫੋਨ, ਚੱਕ ਫੋਨ ਆਪਣੇ ਜੀਜੇ ਦਾ, ਫਿਰ ਚੱਕ ਲਿਆ ਕਿ ਉਹਨੇ ਆਪਣੇ ਜੀਜੇ ਦਾ ਫੋਨ, ਫਿਰ ਉਹ ਜੈਡਾ ਹੀ ਦਾਮਾ ਤਾਂ ਆਪਣੇ ਮੂੰਹ ਹੀ ਆਪੇ ਬੋਲ ਪਿਆ, ਕਹਿੰਦਾ ਮੈਂ ਰਾਜੀਵ ਟੰਡਨ ਦੇ ਪਰਿਵਾਰ ਚੋਂ ਹੀ ਆ, ਆਪੇ ਬੋਲ ਪਿਆ ਨਾਲੇ, ਆਪ ਹੀ ਬੋਲ ਪਿਆ, ਵਾ ਪਤਾ ਲੱਗ ਜਾਵੇ ਇੱਕ ਵਾਰ ਕੌਣ ਆ ਕੌਣ ਨਹੀਂ, ਤੁਸੀਂ ਦੇਖਿਓ ਫਿਰ ਬਣਦਾ ਕੀ ਆ। ਤੁਸੀਂ ਤਾਂ ਸਿਰਫ ਫੋਕੀਆਂ ਫੜਾ ਮਾਰ ਜੋਗੇ ਹੋ ਨਾ, ਵੇਖ ਕੇ ਫੇਸਬੁੱਕ ਆ, ਤੁਹਾਨੂੰ ਕਰਕੇ ਦਿਖਾਊ, ਮੈਂ ਕਰਕੇ ਦਿਖਾਊਂਗਾ ਕਿ ਕੀ ਹੁੰਦਾ, ਤੁਹਾਨੂੰ ਕਰਕੇ ਦਿਖਾਵਾਂਗੇ, ਦੇਖੀ ਚਲੋ ਹੁਣ ਤੁਹਾਡਾ ਬਣਦਾ ਕੀ ਆ। ਮੈਨੂੰ ਪਤਾ ਲੱਗ ਲੈਣ ਤੋਂ ਹੈ ਕਿਹੜਾ ਬੰਦਾ ਜਿਹੜਾ ਬਕਵਾਸ ਕਰਦਾ ਨਾ ਮੇਰੀ ਫੈਮਿਲੀ ਬਾਰੇ, ਮੇਰੇ ਬਾਰੇ ਗਲਤ ਮਲਤ ਵੀਡੀਓ ਪਾਉਂਦਾ, ਗਲਤ ਮਲਤ ਕਮੈਂਟ ਲਿਖਦਾ ਨਾ ਜਿਹੜੇ, ਉਹਨੂੰ ਤੁਸੀਂ ਦੇਖਿਓ ਫਿਰ। ਬਾਕੀ ਮੈਂ ਇਹ ਤਾਂ ਇਹੀ ਕਹੂੰਗਾ, ਜਦ ਮਰਜ਼ੀ ਮੈਨੂੰ ਨੰਬਰ ਤੁਹਾਡੇ ਕੋਲ ਹੈਗਾ ਹੀ ਆ ਮੇਰਾ, ਸਭ ਕੁਛ ਹੈਗਾ, ਮੈਨੂੰ ਇੱਕ ਮੈਸੇਜ ਪਾ ਦਿਓ ਕਿ ਇੱਥੇ ਆਪਾਂ ਡਿਬੇਟ ਕਰਨੀ, ਮੈਂ ਆ ਜਾਊਂਗਾ। ਮੈਂ ਦੁਬਾਰਾ ਫੇਰ ਕਹਿੰਦਾ ਨਾ, ਜਗ੍ਹਾ ਵੀ ਤੁਹਾਡੀ, ਟਾਈਮ ਵੀ ਤੁਹਾਡਾ, ਬਸ ਰੱਖੋ ਸਾਰੇ ਡਿਬੇਟ ਆ ਜਾਓ। ਜੇ ਦਮ ਹੈਗਾ ਤੁਸੀਂ ਸੀਐਮ ਸਾਹਿਬ ਨੂੰ ਛੱਡੋ, ਤੁਹਾਡੀ ਔਕਾਤ ਤਾਂ ਇੱਕ ਥਾਣੇ ਦੇ ਮੁਨਸ਼ੀ ਵੀ ਨਾ, ਥਾਣੇ ਦਾ ਮੁਨਸ਼ੀ ਬਹੁਤ ਵੱਡਾ ਹੁੰਦਾ, ਬਹੁਤ ਵੱਡਾ ਥਾਣੇ ਦਾ ਮੁਨਸ਼ੀ ਜਿਹੜਾ ਹੁੰਦਾ ਇੱਕ, ਉਹ ਬਹੁਤ ਵੱਡਾ ਹੁੰਦਾ ਥਾਣੇ ਦਾ ਮੁਨਸ਼ੀ, ਉਹਦੇ ਸਾਹਮਣੇ ਬਹਿ ਕੇ ਤੁਹਾਡੀ ਔਕਾਤ ਨਹੀਂ ਗੱਲ ਕਰਨ ਦੀ, ਥਾਣੇ ਦੇ ਮੁਨਸ਼ੀ ਦੇ ਸਾਹਮਣੇ ਬਹਿ ਕੇ ਨਾ ਤੁਹਾਡੀ ਔਕਾਤ ਨਹੀਂ ਗੱਲ ਕਰਨ ਦੀ, ਤੁਸੀਂ ਗੱਲਾਂ ਕਰਦੇ ਹੋ ਸੀਐਮ ਸਾਹਿਬ ਦੀਆਂ ਕਿ ਹਾਂ ਸੀਐਮ ਸਾਹਿਬ ਦੇ ਨਾਲ ਬਹਿ ਕੇ ਅਸੀਂ ਡਿਬੇਟ ਕਰਨੀ ਆ, ਥਾਣੇ ਦੇ ਮੁਨਸ਼ੀ ਸਾਹਿਬ ਦੇ ਨਾਲ ਨਾ ਬਹਿ ਕੇ ਕਿਸ ਜਿੱਦਣ ਇੱਕ ਬਹਿ ਗਿਆ ਨਾ ਸਹੀ ਸਰਕਾਰ ਆ ਗਈ ਜਿਸ ਦਿਨ, ਤੁਹਾਡੇ ਮੁਨਸ਼ੀ ਨੇ ਛਾਲਾਂ ਚੁਕਾਉਣੀਆਂ, ਕਿਸੇ ਇੱਕ ਮੁਨਸ਼ੀ ਨੇ ਜਿਹੜਾ ਤੁਸੀਂ ਕਹਿੰਦੇ ਅਸੀਂ ਕਮਿਸ਼ਨਰ ਸਾਹਿਬ ਦੇ ਨਾਲ ਚਾਹ ਪੀਤੀ, ਕਦੇ ਕਿਸੇ ਨਾਲ ਫੋਟੋ ਪਾਉਂਦੇ ਹੋ ਨਾ, ਜਿਹੜੀ ਤੁਸੀਂ ਨਕਲੀਆਂ ਫੋਟੋਆਂ ਬਣਾ ਕੇ ਲੋਕਾਂ ਨੂੰ ਡਰਾਉਂਦੇ ਹੋ ਕਿ ਸਾਡੀ ਆਹ ਭਗਤ ਹੁੰਦੀ ਆ, ਤੁਹਾਡੀ ਕੁੱਤੇ ਜਿੰਨੀ ਉਹ ਕਦਰ ਨਹੀਂ ਹੈਗੀ, ਤੁਹਾਡੀ ਕੁੱਤੇ ਜਿੰਨੀ ਕਦਰ, ਹੋਰ ਦੱਸ ਕੁੱਤੇ ਜਿੰਨੀ ਕਦਰ, ਗੱਲਾਂ ਕਰਦੇ ਹੋ ਤੁਸੀਂ ਥਾਣੇ ਦੇ ਇੱਕ ਮੁਨਸ਼ੀ ਦੇ ਮੂਹਰੇ ਬਹਿ ਕੇ ਤੁਸੀਂ ਗੱਲ ਨਹੀਂ ਕਰ ਸਕਦੇ, ਜੇ ਉਹ ਆਪਣੀ ਆਈ ਤੇ ਆ ਗਿਆ ਤਾਂ ਗੱਲਾਂ ਕਰਦੇ ਤੁਸੀਂ ਐਡਣੇ ਸੀਐਮ ਸਾਹਿਬ ਨਾਲ ਅਸੀਂ ਡਿਬੇਟ ਕਰਨੀ, ਆ ਜਾਓ ਦੇਖੋ ਟਾਈਮ। ਮੈਂ ਲਾਸਟ ਵਿੱਚ ਫੇਰ ਕਹਿੰਦਾ ਮੇਰਾ ਨੰਬਰ ਸਭ ਕੋਲ ਹੈਗਾ ਨਾ, ਕਾਰਟੂਨਾਂ ਕੋਲ, ਕਾਰਟੂਨੇ ਕਹੂੰਗਾ ਅਮਿਤ ਅਰੋੜਾ, ਰਾਜੀਵ ਟੰਡਨ, ਭਾਨੂ ਪ੍ਰਤਾਪ, ਇਹ ਸਭ ਕਾਰਟੂਨਾਂ ਕੋਲ ਮੇਰਾ ਨੰਬਰ ਹੈਗਾ, ਠੀਕ ਨੀ, ਜਦ ਮਰਜ਼ੀ ਜਿੱਥੇ ਮਰਜ਼ੀ ਡਿਬੇਟ ਲਈ ਮੈਨੂੰ ਬੁਲਾ ਲਓ, ਮੈਂ ਇਕੱਲਾ ਆਊਂਗਾ, ਸਾਰੇ ਆ ਜਾਣਾ, ਸਾਰੀ ਸਕਿਉਰਟੀ ਵੀ ਲਿਆਉਣਾ, ਆਪਣੇ ਸਾਰੇ ਚੈਨਲ ਵੀ ਇਹਨਾਂ ਦੇ ਮਨਪਸੰਦ ਵਾਲੇ, ਮੇਰਾ ਕੋਈ ਚੈਨਲ ਨਹੀਂ ਹੋਊਗਾ, ਇਹਨਾਂ ਦੇ ਸਾਰੇ ਚੈਨਲ ਹੋਣਗੇ ਜਿਹੜੇ ਵੀ ਇਹਨੇ ਮਨਪਸੰਦ ਦੇ ਨੇ, ਜਿਹਨੇ ਇਹਨਾਂ ਨੇ ਸਿਰ ਚੜਾਇਆ ਹੋਇਆ ਵਾ। ਚਲੋ ਰੱਖੋ ਟਾਈਮ, ਕਰਦੇ ਆਪਾਂ ਗੱਲ ਬਹਿ ਕੇ, ਇਕੱਲਾ ਹੀ ਕਰੂੰਗਾ ਫਿਰ ਮੈਂ, ਨਹੀਂ ਤਾਂ ਫੋਕੀਆਂ ਫੜਾ ਮਾਰਨੀਆਂ ਬੰਦ ਕਰ ਦਿਓ, ਜੇ ਕੁਛ ਕਰਨ ਜੋਗੇ ਹੈ ਹੀ ਨਹੀਂ ਗੇ, ਠੀਕ ਹੈ, ਦੱਸ ਦਿਓ ਮੈਨੂੰ ਕਦੋਂ ਕਰਨੀ ਆ ਡਿਬੇਟ, ਮੈਂ ਆ ਜਾਊਂਗਾ, ਇਕੱਲਾ ਹੀ ਆਊਂਗਾ, ਫਿਕਰ ਨਾ ਕਰੋ, ਕਿਸੇ ਨੂੰ ਨਹੀਂ ਲੈ ਕੇ ਆਉਂਦਾ ਮੈਂ, ਅੱਗੇ ਵੀ ਇਕੱਲੇ ਹੀ ਆਏ ਸੀ ਅਸੀਂ, ਉਹਦੇ ਕਿਸੇ ਨੂੰ ਨਹੀਂ ਲੈ ਕੇ ਆਏ, ਫੌਜ ਨਹੀਂ ਲੈ ਕੇ ਆਏ ਤੁਹਾਡੇ ਵਾਂਗੂ, ਕੋਈ ਸਕਿਉਰਟੀਆਂ ਨਹੀਂ ਲੈ ਕੇ ਆਏ, ਅਸੀਂ ਇਕੱਲੇ ਹੀ ਆਏ ਸੀ, ਉਦੋਂ ਵੀ 5 ਜਾਣੇ ਸੀਗੇ, ਉਦੋਂ ਉੱਥੇ ਆਪਣੇ 5 ਜਾਣਿਆਂ 'ਤੇ ਪਰਚਾ ਹੋਇਆ ਸੀ ਨਾ, 6 ਕੋਈ ਬੰਦਾ ਨਹੀਂ ਸੀਗਾ, 5 ਜਾਣੇ ਸੀ ਉੱਥੇ, ਘੰਟਾ ਘਰ ਅਸੀਂ ਉਦੋਂ ਵੀ 7 ਜੁਲਾਈ ਨੂੰ, ਜੁਲਾਈ 'ਚ ਵੀ ਜਿਹੜਾ ਕੱਢਣੇ ਸੀ ਉਦੋਂ ਮੈਂ ਇਕੱਲਾ ਸੀਗਾ, ਮੀਂਹ 'ਚ ਖੜਾ ਸੀ, ਇਕੱਲਾ ਹੀ ਖੜਾ ਸੀ ਉਦੋਂ ਵੀ, ਕਦੇ ਦਾ ਟਾਈਮ ਦੇ ਕੇ ਆ ਜਾਓ, ਕਦੇ ਦਾ ਦੇ ਦਿਓ,
ਸੋ ਵੀਰੋ ਜੇ ਕੁਛ ਆਪਣੇ ਮੇਰੇ ਮੂੰਹੋਂ ਕੋਈ ਅਪਸ਼ਬਦ ਨਿਕਲੇ ਹੋਣ ਤਾਂ ਸੋਰੀ ਯਾਰ, ਇਹਨਾਂ ਨੇ ਗੁੱਸਾ ਚੜਾਇਆ ਪਿਆ ਬਿਨਾਂ ਮਤਲਬ ਤੋਂ ਯਾਰ। ਬਹੁਤ ਕਮੈਂਟ ਗਲਤ ਗਲਤ ਕਰਦੇ ਨੇ ਯਾਰ, ਇੰਨੇ ਕਮੈਂਟ ਗਲਤ ਯਾਰ, ਇੰਨੇ ਮੈਂ ਤਾਂ ਕਦੇ ਕਿਸੇ ਨੂੰ ਗਵਾ ਬਿਨਾਂ ਮਤਲਬ ਕਮੈਂਟ ਜਿਹੜੇ ਵੀ ਲਿਖੂੰਗਾ ਮੈਂ ਕਿਸੇ ਨੂੰ ਗਾਲ ਨਹੀਂ ਕੱਢੀ, ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਯਾਰ। ਦੁਸ਼ਮਣ ਦੀ, ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਕਿ ਦੁਸ਼ਮਣ ਦੀ ਧੀ ਭੈਣ ਨੂੰ ਵੀ ਆਪਣੀ ਧੀ ਭੈਣ ਸਮਝੋ, ਸਾਡੇ ਗੁਰੂਆਂ ਨੇ ਤਾਂ ਇਹ ਸਿਖਾਇਆ ਸਾਨੂੰ। ਹੁਣ ਇਹਨਾਂ ਨੇ ਪਤਾ ਨਹੀਂ ਕਿਹੜਾ ਧਰਮ ਪੜਿਆ ਵਾ, ਜਿਹੜੇ ਇਹ ਲੋਕਾਂ ਦੀਆਂ ਧੀਆਂ ਭੈਣਾਂ ਬਾਰੇ ਜਾਂ ਲੋਕਾਂ ਨੂੰ ਐਂ ਗਾਲਾਂ ਕੱਢਦੇ ਫਿਰਦੇ ਆ ਸਰੇਆਮ ਕਮੈਂਟਾਂ ਦੇ ਵਿੱਚ, ਕਿਉਂਕਿ ਸਾਡੇ ਗੁਰੂ ਨੇ ਤਾਂ ਸਾਨੂੰ ਇਹ ਸਿਖਾਇਆ ਕਿ ਦੂਜੇ ਦੀ ਧੀ ਭੈਣ ਨੂੰ ਵੀ ਆਪਣੀ ਧੀ ਭੈਣ ਸਮਝੋ। ਇਹਨਾਂ ਨੇ ਪਤਾ ਨਹੀਂ ਕਿਹੜਾ ਪੜਿਆ ਵਾ ਆਪਣਾ ਧਰਮ, ਕਹਿ ਇਹਨਾਂ ਦਾ ਕਿਹੜਾ ਵਾ। ਮੈਂ ਤਾਂ ਇਹ ਹਿੰਦੂ ਵੀ ਨਹੀਂ ਹੈਗੇ ਬਾਈ, ਇਹ ਹਿੰਦੂ ਵੀ ਹੈ ਨੀ ਗੇ, ਇਹ ਆਪਣੇ ਨੂੰ ਹਿੰਦੂ ਕਹਿੰਦਾ, ਹਿੰਦੂ ਹੈ ਨੀ ਗੇ, ਸਿਰਫ ਭਗਵਾ ਪਾ ਲਿਆ ਤੇ ਹਿੰਦੂ ਬਣ ਗਿਆ, ਨਾ ਉਹ ਨੀ ਹੋ ਜਾਂਦਾ ਹਿੰਦੂ, ਹਿੰਦੂ ਦਿਲੋਂ ਬਣਨਾ ਪੈਂਦਾ। ਹਿੰਦੂ ਦਾ ਮਤਲਬ ਪਤਾ ਕੀ ਹੁੰਦਾ ਮੈਂ ਦੱਸਾਂ, ਤਿਆਗ, ਤਪੱਸਿਆ, ਸ਼ਾਂਤੀ, ਇਹ ਆ ਹਿੰਦੂ ਦਾ ਸ਼ਬਦ, ਹਿੰਦੂ ਦਾ ਮਤਲਬ ਤਿਆਗ, ਤਪੱਸਿਆ, ਸ਼ਾਂਤੀ, ਇਹ ਇਹਨੂੰ ਕਹਿੰਦੇ ਨੇ ਹਿੰਦੂ। ਤੇ ਤੁਸੀਂ ਸਾਰਾ ਦਿਨ ਲੋਕਾਂ ਨੂੰ ਕਮੈਂਟਾਂ 'ਚ ਗਾਲਾਂ, ਨਕਲੀ ਆਈਡੀ ਬਣਾ ਕੇ ਕੱਢਦੇ ਹੋ ਮਾਵਾਂ ਭੈਣਾਂ ਦੀਆਂ, ਕੁਛ ਤਾਂ ਸ਼ਰਮ ਕਰ ਲਓ ਕੁਛ, ਜੇ ਥੋੜੇ ਜਿਹਾ ਪੈਰ ਲੱਤਾਂ ਭਾਰ ਨਹੀਂ ਚੱਲਦੀਆਂ ਬੋਲੋ ਹੀ ਨਾ। ਫਿਰ ਮੈਂ ਤਾਂ ਉਹਨੂੰ ਤਿਆਰ ਹਾਂ, ਤੁਸੀਂ ਰੱਖੋ ਡਿਬੇਟ ਜਿੱਥੇ ਰੱਖਣੀ, ਮੈਂ ਉਹਨੂੰ ਤਿਆਰ ਹਾਂ, ਜਿੱਥੇ ਵੀ ਰੱਖਣੀ ਰੱਖੋ, ਮੈਂ ਆਊਂਗਾ। ਹੋਰ ਦੱਸੋ, ਜੇ ਨਾ ਆਵਾਂ ਤਾਂ ਕਿਹੋ ਮੈਨੂੰ, ਮੈਂ ਤਾਂ ਪਹਿਲਾਂ ਵੀ ਆਇਆ ਸੀ, ਹੁਣ ਵੀ ਆਉਣ ਨੂੰ ਤਿਆਰ ਹਾਂ ਸੀ। ਹੋਰ ਦੱਸੋ, ਜਿੱਥੇ ਵੀ ਬੁਲਾਉਣਾ ਆਪਣੀ ਘਰੇ ਹੀ ਬੁਲਾ ਲਓ ਆਪਣੇ, ਚੱਲ ਤੁਹਾਡੇ ਘਰੇ ਰੱਖ ਲੈਂਦੇ ਡਿਬੇਟ, ਚਲੋ ਆ ਜਾਓ। ਜੇ ਤੁਹਾਨੂੰ ਬਾਹਰ ਡਰ ਲੱਗਦਾ ਕਿਤੇ, ਘਰ ਰੱਖ ਲਓ ਆਪਣੇ, ਮੈਂ ਘਰੇ ਆ ਜਾਊਂ ਤੁਹਾਡੇ। ਹੋਰ ਦੱਸੋ, ਜਾਂ ਜਿਹੜੀ ਤੁਸੀਂ ਕਹਿੰਦੇ ਅਸੀਂ ਗਊਸ਼ਾਲਾ ਵੀ ਖੋਲੀ ਹੋਈ, ਉੱਥੇ ਰੱਖ ਲਓ, ਉੱਥੇ ਆ ਜਾਊਂਗਾ ਮੈਂ। ਤੁਸੀਂ ਬਹੁਤ ਫੜਾ ਮਾਰਦੇ ਹੋ, ਸਾਡੇ ਕੋਲ ਗਊਸ਼ਾਲਾ ਖੋਲੀ ਹੋਈ, ਅਸੀਂ ਆਹ ਸੇਵਾ ਕਰਦੇ ਹਾਂ, ਚਲੋ ਉੱਥੇ ਰੱਖ ਲਓ, ਉੱਥੇ ਆ ਜਾਊਂਗਾ ਮੈਂ। ਜਾਂ ਸਟੂਡੀਓ 'ਚ ਰੱਖ ਲਓ, ਜਿੱਥੇ ਉਹ ਬਣਦਾ ਆਪਣੇ ਉਹ ਕਾਰਟੂਨ ਨੱਚਦਾ ਹੁੰਦਾ ਅਮਿਤ ਅਰੋੜਾ, ਬਣ ਕੇ ਲਵਾਇਆ ਲਵਾਇਆ ਕਰਦਾ ਹੁੰਦਾ, ਲਾ ਕੇ 20 ਰੁਪਏ ਵਾਲੀਆਂ ਐਨਕਾਂ ਚਮਕੀਲੀਆਂ ਜਿਹੀਆਂ, ਉਹ ਜਨਾਨੀਆਂ ਵਾਲੀਆਂ ਐਨਕਾਂ ਲਾ ਕੇ ਬਣਦਾ ਆਪਣੇ ਆਪ ਨੂੰ ਸ਼ੇਰ, ਉੱਥੇ ਰੱਖ ਲਓ, ਉੱਥੇ ਆ ਜਾਊਂਗਾ ਮੈਂ। ਹੋਰ ਦੱਸੋ, ਠੀਕ ਨਹੀਂ? ਜੇ ਲੱਤਾਂ ਭਾਰ ਚੱਲਦੀਆਂ ਤਾਂ ਟਾਈਮ ਦੱਸੋ ਕਿੱਥੇ ਰੱਖਣੀ ਡਿਬੇਟ, ਉੱਥੇ ਆਉਣਾ ਮੈਂ, ਨਹੀਂ ਤਾਂ ਫਾਲਤੂ ਦੀਆਂ ਬੋਲਣਾ ਬੰਦ ਕਰ ਦਿਓ, ਫਾਲਤੂ ਦਾ ਬੋਲਣਾ ਬੰਦ ਕਰ ਦਿਓ। ਹੁਣ ਨਹੀਂ ਅਸੀਂ ਚੁੱਪ ਰਹਿਣਾ, ਅਸੀਂ ਬਿਲਕੁਲ ਇੱਕ ਸਿਰੇ ਲਾ ਕੇ ਛੱਡਾਂਗੇ ਗੱਲ ਨੂੰ ਇਹ। ਓਕੇ ਜੀ ਵੀਰ, ਜੇ ਕੁਛ ਗਲਤ ਨਿਕਲਿਆ ਆਵੇ ਮੂੰਹੋਂ ਜੀ, ਸੋਰੀ। ਬਾਕੀ ਯਾਰ ਵੀਰ, ਪਤਾ ਚੱਕਰ ਕੀ ਆ, ਗੁੱਸਾ ਤਾਂ ਆਉਂਦਾ ਵਾ, ਗੁੱਸਾ ਇਸ ਕਰਕੇ ਆਉਂਦਾ ਕਿ ਫਾਲਤੂ ਦੇ ਕਮੈਂਟ ਲਿਖਦੇ ਨੇ ਯਾਰ। ਮੈਂ ਕਦੇ ਕਿਸੇ ਨੂੰ ਗਲਤ ਕਮੈਂਟ ਨਹੀਂ ਲਿਖਿਆ, ਦਿਖਾ ਦੇਣ ਮੈਨੂੰ ਅੱਜ ਤੱਕ ਕਿਸੇ ਨੂੰ ਕਮੈਂਟ ਲਿਖਿਆ। ਸਵਾਲ ਕਰਨਾ ਹੁੰਦਾ ਤਾਂ ਸਵਾਲ ਕਰਨ, ਸਾਨੂੰ ਕਮੈਂਟਾਂ ਜਿਵੇਂ ਮਰਜ਼ੀ ਕਰਨ, ਅਸੀਂ ਕੀ ਕੀਤਾ ਅਸੀਂ ਦੱਸਾਂਗੇ ਫਿਰ ਅਸੀਂ ਕੀ ਕੀਤਾ। ਆ ਫਾਲਤੂ ਦੇ ਲਿਖ ਕੇ ਬਕਵਾਸ ਕਰਨੀ ਯਾਰ, ਕਿੱਥੇ ਦੀ ਉਹ ਯਾਰ ਸਿਆਣਪ, ਕਿਸੇ ਦੇ ਘਰਦਿਆਂ ਬਾਰੇ ਬਿਨਾਂ ਮਤਲਬ ਬਕਵਾਸ ਕਰੀ ਜਾਣਾ, ਕੋਈ ਤੱਥ ਨਹੀਂ, ਕੋਈ ਕੁਛ ਨਹੀਂ, ਬਿਨਾਂ ਮਤਲਬ ਤੰਗ ਕਰੀ ਜਾਣਾ, ਅਸੀਂ ਐਂ ਆ ਜੀ, ਆਓ ਆ ਜੀ, ਪੈਸੇ ਖਾਂਦਾ ਜੀ। ਹਾਂ ਪੈਸੇ ਦੀ ਆ ਜਾਓ ਗੱਲ, ਮੇਰੇ ਤੇ ਕਰੋ ਸਬੂਤ, ਰੱਖੋ ਲੋਕਾਂ ਸਾਹਮਣੇ ਜਿਵੇਂ ਪੈਸੇ ਖਾਧੇ ਕਿਸੇ ਤੋਂ। 1 ਰੁਪਈਆ ਹੁਣ ਤੱਕ 3 ਫੈਸਲੇ ਕਰਾਏ ਨੇ, 3 ਫੈਸਲੇ ਫੋਨ ਤੇ ਹੀ ਕਰਾਏ ਨੇ, 1 ਸਿਰਫ ਜਾਣਾ ਪਿਆ ਕਿਸੇ ਦੇ ਕੋਲ, 2 ਫੈਸਲੇ ਫੋਨ ਤੇ ਕਰਾ ਕੇ ਦਿੱਤੇ ਆ। ਜੇ 1 ਰੁਪਈਆ ਵੀ ਮੈਂ ਘਰ ਵੀ ਦੇ ਦੂ, ਨੰਬਰ ਵੀ ਦੇ ਦੂ, ਕਰ ਲਓ ਫੋਨ, ਤੇ ਪੱਲਿਓ ਤੇਲ ਫੂਕ ਕੇ ਗਿਆ ਗੱਡੀ ਦਾ, ਸਭ ਕੁਝ ਕਰਕੇ ਆਇਆ, ਪੱਲਿਓ ਲਾ ਕੇ ਗਿਆ ਸਭ ਕੁਝ, 1 ਰੁਪਈਆ ਵੀ ਉਹਨਾਂ ਪਰਿਵਾਰਾਂ ਤੋਂ ਮੈਂ ਲਿਆ ਹੋਵੇ ਨਾ, ਕਹਿ ਦੇਵੇ, ਜਾਂ ਮੈਨੂੰ ਕੋਈ ਬਾਹਰੋਂ ਫੰਡਿੰਗ ਆਉਂਦੀ ਹੈ, ਸ਼ੋ ਕਰੋ। ਐ ਨੀ ਗਾ ਕਿ ਹਾਂ ਕਿ ਕਹਿ ਤਾ ਮੂੰਹ ਚੱਕ ਕੇ ਜੀ ਫੰਡਿੰਗ ਆਉਂਦੀ ਆ, ਸ਼ੋ ਕਰੋ ਇਹਨਾਂ ਯਾਰ, ਕੋਈ ਬਾਹਰੋਂ, ਐ ਤਾਂ ਹੈ ਨੀ ਕਿ ਬਾਹਰੋਂ ਉਹਨਾਂ ਨੇ ਸਿੱਟ ਤੇ ਤੇ ਮੈਂ ਬੋ ਚ ਲੈ ਕੈਚ ਕਰ ਲਿਆ, ਧੋਨੀ ਵਾਂਗੂ ਮੈਂ ਵੀ ਆਪਣਾ, ਉਹਨਾਂ ਨੇ ਸਿਕਸ ਲਾ ਕੇ ਬੋ ਮਾਰੇ ਭਗਾ ਕੇ ਪੈਸੇ, ਤੇ ਮੈਂ ਧੋਨੀ ਵਾਂਗੂ ਕੈਚ ਕਰ ਲਿਆ ਆਪਣੇ ਪੈਸਿਆਂ ਦਾ। ਨਾ ਇਹ ਤਾਂ ਨਹੀਂ ਹੋ ਸਕਦਾ, ਆਪਣੀ ਕੋਈ ਐਂਟਰੀ ਬੈਂਕ ਚ ਆਊ, ਕੋਈ ਵੈਸਟਰਨ ਯੂਨੀਅਨ, ਚੈੱਕ ਕਰੋ, ਕੁਛ ਕਰਵਾ ਲਓ, ਮੇਰਾ ਨੰਬਰ ਤੁਹਾਡੇ ਕੋਲ ਹੀ ਹੈ, ਸਿੰਗਲ ਨੰਬਰ ਚੱਲਦਾ ਸ਼ੁਰੂ ਤੋਂ ਮੇਰੇ ਨਾਮ ਤੇ, ਕਰਾਓ ਚੈੱਕ, ਜੇ ਕੁਛ ਨਿਕਲਦਾ ਹੀ ਨਹੀਂ, ਐਵੇਂ ਫਾਲਤੂ ਨਹੀਂ ਫੜਾ ਮਰੀ ਜਾਂਦੇ ਹੋ ਕਿ ਇਹਨੂੰ ਪੈਸੇ ਬਾਹਰ ਆਉਂਦੇ, ਫੰਡਿੰਗ ਆਉਂਦੀ ਹੈ ਜੀ, ਫਲਾਣਾ ਧਮਕਾ, ਜੇ ਮੈਨੂੰ ਫੰਡਿੰਗ ਆਉਂਦੀ ਹੁੰਦੀ ਨਾ ਬਾਹਰ, ਮੇਰੇ ਕੋਲ ਗੱਡੀ ਹੁੰਦੀ, ਕੋਈ ਬਾਹਲੀ ਵੱਡੀ ਨਹੀਂ ਤਾਂ ਛੋਟੀ ਮੋਟੀ ਮਰੂਤੀ ਕਾਰ ਜਾਂ ਸਵਿਫਟ ਜਿੰਨੀ ਤਾਂ ਹੁੰਦੀ ਨਾ, ਮੈਂ ਬੱਸਾਂ ਧੱਕੇ ਖਾਂਦਾ ਨਾ ਜਾਂਦਾ, ਕਦੇ ਮੈਂ ਆਪਣੇ ਅੰਮ੍ਰਿਤਸਰ ਜਾਂਦਾ, ਕਦੇ ਬਠਿੰਡੇ ਜਾਂਦਾ, ਕਦੇ ਚੰਡੀਗੜ੍ਹ ਜਾਂਦਾ, ਬੱਸ 'ਚ ਹੀ ਜਾਂਦਾ। ਕਦੀ ਹੋਇਆ ਕਿ ਹਾਂ ਮੇਰੀ ਗੱਡੀ ਜਿਹੜੀ ਘਰ ਦੀ ਹੋਵੇ ਘਰੇ ਖੜੀ ਆ, ਚੱਲ ਲੈ ਗਏ ਕਿਤੇ, ਇਹ ਤਾਂ ਮੋਸਟਲੀ ਮੈਂ ਬੱਸ 'ਚ ਹੀ ਜਾਂਦਾ ਵਾਂ। ਹੱਦ ਹੋ ਗਈ ਤੁਹਾਡੇ ਵਾਲੀ, ਸਾਬਤ ਕਰੋ, ਕਹਿਣ ਨੂੰ ਨਹੀਂ, ਮੈਂ ਜਿੱਦਾਂ ਸਾਬਤ ਕਰਕੇ ਬੋਲਦਾ, ਵਿਦ ਪ੍ਰੂਫ ਬੋਲਦਾ ਤੁਹਾਡੇ ਖਿਲਾਫ਼, ਰੱਖਣ ਐਵੇਂ ਗੱਲ ਕਰੋ ਮੇਰੇ ਨਾਲ ਤੱਥਾਂ 'ਤੇ, ਮੈਂ 1-1 ਗੱਲ ਤੁਹਾਡੀ ਵਿਦ ਪ੍ਰੂਫ ਕਰਦਾ, ਮੈਂ ਬਿਨਾਂ ਪ੍ਰੂਫ ਤੋਂ ਕਦੇ ਤੁਹਾਡੀ ਗੱਲ ਨਹੀਂ ਕੀਤੀ। ਅਤੇ ਤੁਸੀਂ ਮੂੰਹ ਚੱਕ ਕੇ ਫੰਡਿੰਗ ਆਉਂਦੀ ਆ ਰਜੋਤ ਨੂੰ ਜੀ, ਐਂ ਆ ਜੀ, ਉਹ ਆ ਜੀ, ਲੈ ਕਰੋ ਸਾਬਤ, ਕਰੋ ਸਾਬਤ, ਤੁਹਾਡੇ ਮਗਰ ਕਿਸੇ ਨੇ ਨਹੀਂ ਲੱਗਣਾ, ਥੱਲੇ ਕਮੈਂਟ ਪੜਿਆ ਕਰੋ ਆਪਣੇ। ਤੁਸੀਂ ਉਹ ਵੀ ਕਹਿ ਦਿੰਦੇ ਕਿ ਉਹ ਵੀ ਖਾਲਿਸਤਾਨੀ ਕਰਾਉਂਦੇ ਆ ਜੀ ਕਮੈਂਟ, ਸਾਰੇ ਖਾਲਿਸਤਾਨੀ ਹੋ ਗਏ, ਉਹ ਤੁਹਾਡਾ ਕੋਈ ਵੀ ਨਹੀਂ ਤੁਹਾਡੀ ਇੱਜ਼ਤ ਕਰਦਾ ਯਾਰ, ਹਜ਼ਾਰਾਂ ਕਮੈਂਟ 'ਚ ਤੁਹਾਨੂੰ 1 ਕਮੈਂਟ ਵੀ 1 ਐਂ ਅੰਗੂਠਾ ਨਹੀਂ ਆਉਂਦਾ ਹੈਗਾ, ਅੰਗੂਠੇ ਦੇ ਨਾਲ ਗਾਲਾਂ ਆਉਂਦੀਆਂ ਨੇ, ਗਾਲਾਂ ਆਉਂਦੀਆਂ, ਗਾਲਾਂ 1 ਸਿੰਗਲ ਕਮੈਂਟ ਵੀ ਤੁਹਾਨੂੰ ਲੋਕੀ ਚਾਹੁਣ ਵਾਲੇ ਨਹੀਂ, ਸਾਰੇ ਖਾਲਿਸਤਾਨ ਵਾਲੇ ਹੋ ਗਏ, ਸਾਰੇ ਜਿੰਨੇ ਵੀ ਤੁਹਾਨੂੰ ਕਰਦੇ ਆ ਕਮੈਂਟ, ਕਮਾਲ ਆ ਯਾਰ, ਇਹ ਤਾਂ ਹੋ ਨਹੀਂ ਸਕਦਾ ਨਾ।
ਆ ਦੇਖ ਲਾ ਮੈਨੂੰ ਆ ਕਮੈਂਟ ਲਿਖੇ ਰਹੇ ਨਾ ਸਾਰੇ, ਮੈਨੂੰ ਤਾਂ ਲਿਖਿਆ ਨੀ ਕਿਸੇ ਨੇ। ਹਾਂ ਮੈਂ ਕਹਿ ਦਵਾਂ ਕੋਈ, ਹਾਂ ਕੋਈ ਆਪਣੇ ਉਹ ਹੋਊਗਾ ਤੁਹਾਡਾ, ਕੋਈ ਬੰਦਾ ਹੋਊ ਗਾਲਾਂ ਕੱਢਦਾ ਹੈ, ਹਜੇ ਤੱਕ ਤਾਂ ਕਿਸੇ ਨੇ ਗਾਲ ਨਹੀਂ ਲਗੀ। ਹਾਂ ਜੇ ਲਿਖਦਾ ਵਾ ਟਕਾ ਕੇ, ਡਿਲੀਟ ਨਹੀਂ ਕੀਤਾ ਮੈਂ ਕਦੇ, ਟਕਾ ਕੇ ਜਵਾਬ ਦਈਦਾ, ਫਿਰ ਅਗਲਾ ਡੀਟ ਆਪ ਹੀ ਕਰ ਜਾਂਦਾ ਵਾ, ਟਕਾ ਕੇ ਦਈਦਾ ਜਵਾਬ, ਨਾਲੇ ਸਕਰੀਨਸ਼ੋਟ ਲੈ ਲਈਦਾ ਵਾ। ਹੱਦ ਹੋ ਗਈ ਤੁਹਾਡੇ ਵਾਲੀ ਯਾਰ, ਮੈਂ ਫਿਰ ਕਹੂੰਗਾ ਕਿ ਲੱਤਾਂ ਭਾਰ ਚੱਲਦੀਆਂ ਜਿੰਨਾ ਉਨਾ ਬੋਲੋ, ਫਾਲਤੂ ਬੋਲੋਗੇ ਅਗਲੇ ਨੇ ਹੁਣ ਨੀ ਸੁਣਨੀ ਅਸੀਂ, ਨਾ ਬਿਲਕੁਲ ਨੀ, ਬਹੁਤ ਸੁਣ ਲਈਆਂ ਅਸੀਂ ਤੁਹਾਡੀਆਂ, ਹੁਣ ਇੱਟ ਦਾ ਜਵਾਬ ਪੱਥਰ ਨਾ ਦੇਵਾਂਗੇ ਅਸੀਂ, ਟਿਕਾ ਕੇ ਦੇਵਾਂਗੇ ਨਾਲੇ। ਹੋਰ ਦੱਸੋ ਤੁਹਾਡੀਆਂ ਨਾ ਜਿੰਨੀਆਂ ਸ਼ਿਵ ਸੈਨਾ ਵਾਲੀਆਂ ਹੈਗੀਆਂ ਲੁਧਿਆਣੇ ਦੀਆਂ ਬਣੀਆਂ ਹੋਈਆਂ, 70% ਜਿਹੜੀਆਂ ਨੇ ਉਹ ਗਲਤ ਨੇ, 30% ਮੇਰੇ ਨਾਲ ਅੱਜ ਵੀ ਗੱਲ ਕਰਦੀਆਂ ਨੇ ਫੋਨ ਤੇ, ਉਹਨਾਂ ਦੇ ਪ੍ਰਧਾਨ ਅੱਜ ਵੀ 30-32 ਸਾਲ ਜਿਹੜੇ ਹੋ ਗਏ ਨਾ, ਜਿਹਨਾਂ ਨੂੰ ਸਾਰਿਆਂ ਨਾਲੋਂ ਪੁਰਾਣੇ ਨੇ ਸ਼ਿਵ ਸੈਨਾ ਵਾਲੇ, ਜਿਹਨਾਂ ਨੇ ਅੱਜ ਤੱਕ ਇੱਕ ਸਕਿਉਰਟੀ ਤੱਕ ਬੰਦਾ ਤੱਕ ਨਹੀਂ ਰੱਖਿਆ, ਉਹ ਵੀ ਰੋਜ਼ ਗੱਲ ਕਰਦਾ ਬੰਦਾ ਮੇਰੇ ਨਾਲ, ਉਹ ਵੀ ਪੁੱਤ ਕਹਿ ਕੇ ਗੱਲ ਕਰਦਾ ਮੇਰੇ ਨਾਲ, ਪੁੱਤ ਕੇ ਭਾਈ ਆਹ ਹਾਲ ਕਰਤਾ ਸਾਡਾ। ਉਹ ਆਪ ਰੋਂਦੇ ਨੇ ਕਿ ਸਾਡੀ ਸ਼ਿਵ ਸੈਨਾ ਨੂੰ ਇਹਨਾਂ ਨੇ ਇੰਨਾ ਬਦਨਾਮ ਕਰਕੇ ਦੱਸਤਾ ਸਕਿਉਰਟੀ ਇਨਾਮ ਤੇ, ਕਹਿੰਦੇ ਅਸੀਂ 32 ਸਾਲ ਹੋ ਗਏ ਸਾਨੂੰ, ਅੱਜ ਤੱਕ ਇੱਕ ਸਿੰਗਲ ਬੰਦਾ ਨਹੀਂ ਰੱਖਿਆ ਸਕਿਉਰਟੀ ਦਾ, ਸਿੰਗਲ ਬੰਦਾ ਅਸੀਂ। ਉਹ ਹੁੰਦੇ ਸ਼ਿਵ ਸੈਨਾ ਵਾਲੇ ਜਿਹਨਾਂ ਨੇ ਕੰਮ ਕਰਨਾ ਹੁੰਦਾ, ਇਹਨਾਂ ਨੇ ਤਾਂ ਸ਼ਿਵ ਸੈਨਾ ਦਾ ਨਾਂ ਹੀ ਬਦਲ ਕੇ ਰੱਖਤਾ। ਇੱਥੇ ਰੱਖੋ ਤੁਸੀਂ ਸਕਿਉਰਟੀ ਸੈਨਾ ਰੱਖੋ ਇੱਥੇ, ਸਕਿਉਰਟੀ ਸੈਨਾ, ਕਿਉਂਕਿ ਸਕਿਉਰਟੀ ਤਾਂ ਹੁੰਦੀ ਤੁਹਾਡੇ ਕੋਲ, ਹੋਰ ਪੱਲੇ ਤੁਹਾਡੇ ਕੀ ਆ, ਪੱਲੇ ਤੁਹਾਡੇ ਹੈ ਕੀ ਆ, ਵੈਸੇ ਕੁਛ ਵੀ ਨਹੀਂ, ਬਾ ਕਹਿਣ ਨੂੰ ਆ ਜੀ ਅਸੀਂ ਸ਼ੇਰ ਆ, ਕੁਛ ਨਹੀਂ ਹੈ, ਨਹੀਂ ਸ਼ੇਰ, ਜੇ ਸ਼ੇਰ ਵਾਲੀ ਗੱਲ ਹੈਗੀ ਤਾਂ ਬੁਲਾਓ ਰੱਖੋ, ਡਿਬੇਟ ਆਪਾਂ ਕਰਦੇ ਹਾਂ ਡਿਬੇਟ ਫਿਰ, ਠੀਕ ਹੈ, ਮੈਨੂੰ ਦੱਸ ਦਿਓ ਜਦੋਂ ਕਰਨੀ ਹੋਈ, ਓਕੇ ਥੈਂਕ ਯੂ ਜੀ।